Smoking and consumption of alcohol are injurious to health. ਦੁਨੀਆ ਬਣਾਉਣ ਵਾਲਿਆ, ਸਾਡੀ ਫਸਲਾਂ ਉਗਾਉਣ ਵਾਲਿਆਂ ਦੀ ਅਰਦਾਸ ਕਦੋਂ ਸੁਣੇਗਾ ਤੂੰ? ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਚ ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ ਕੁਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁਝ ਰਹਿ ਜਾਣਾ ਏ ਜਗ ਤੇ ਬੇੜਾ ਪਾਰ ਲੰਘਾ ਲੈ ਲੜ ਲੱਗ ਕੇ ਕੁਝ ਨਾਲ ਜਾਣਾ ਏ ਨਾਲ ਜਾਣਾ ਏ ਸਭ ਕੁਝ ਰਹਿ ਜਾਣਾ ਏ ਜਗ ਤੇ ਸਮਾਨ ਲੱਦ ਕੇ ਕਿੱਧਰ ਮੂੰਹ ਚੱਕਿਆ ਵੇ? ਤੇਰੀ ਮਰਜ਼ੀ ਤੋਂ ਬਿਨਾਂ ਤਾਂ ਬੀਬੀ ਇਸ ਘਰ ਚੋਂ ਕੋਈ ਮਿੱਟੀ ਦੀ ਮੁੱਠ ਨਹੀਂ ਚੱਕ ਸਕਦਾ।
ਮੂੰਹ ਕਿਸੇ ਨੇ ਕੀ ਚੱਕਣਾ? ਨਾ ਬੋਲਣਾ ਕਿੱਥੋਂ ਸਿੱਖਿਆ? ਚੁੱਪ ਰਹਿ ਕੇ ਵੀ ਕੀ ਮਿਲਿਆ ਮਾਂ? ਦੇ ਆਸ਼ੀਰਵਾਦ। ਆਸ਼ੀਰਵਾਦ ਵੀ ਮਿਲ ਜੂ, ਪਹਿਲਾਂ ਸਿੱਧੀ ਸਿੱਧੀ ਤਰ੍ਹਾਂ ਇਹ ਦੱਸ ਪੁੱਤ ਮੇਰਿਆ ਬਈ ਚੱਲਿਆ ਕਿੱਧਰ ਹੈ? ਮੇਰੀ ਬਦਲੀ ਹੋ ਗਈ ਬੀਬੀ, ਜੈਂਤੀ ਮਾਜਰੀ ਚੰਡੀਗੜ੍ਹ ਦੇ ਕੋਲ। ਨਾ ਪਹਿਲਾਂ ਤਾਂ ਦੱਸਿਆ ਨਹੀਂ, ਫਿਰ ਬਹੁਤ ਦੇਰ ਤੋਂ ਕਦੇ ਕਿਸੇ ਨੇ ਕੁਛ ਪੁੱਛਿਆ ਵੀ ਤਾਂ ਨਹੀਂ। ਨਾਲੇ ਬੀਬੀ ਤੂੰ ਪੁੱਛਦੀ ਨਹੀਂ, ਤੂੰ ਤਾਂ ਬਸ ਕਹਿੰਦੀ ਚੱਲਦਾ ਮੈਂ। ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ, ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਸਕੂਲ ਕਿੱਧਰ ਹੈ ਜੀ? ਸਿੱਧਾ ਵਗ ਜਾ। ਬਹੁਤ ਮਿਹਰਬਾਨੀ। ਕਿਤੇ ਨਵਾਂ ਮਾਸਟਰ ਤਾਂ ਨਹੀਂ? ਲੱਗਦਾ ਇੱਕ ਚਿੱਠੀ ਹੋਰ ਵੱਧ ਗਈ ਆਪਣੇ ਪਿੰਡ 'ਚ। ਮੇਰੇ ਅੰਡਰ ਜੁਆਇਨ ਕਰਨ ਦਾ ਮਤਲਬ ਹੈ ਨੋ ਫਰਲੋ। ਮੈਂ ਆਪ ਛੁੱਟੀ ਲੈਂਦਾ ਨਹੀਂ ਤੇ ਕਿਸੇ ਨੂੰ ਛੁੱਟੀ ਤੋਂ ਬਿਨਾਂ ਜਾਣ ਨਹੀਂ ਦਿੰਦਾ। ਕੀ ਬਾਤ ਹੈ, ਵੈਰੀ ਗੁੱਡ ਸਰ। ਬੱਚਿਓ ਉੱਠੋ ਪੁੱਤਰ, ਚਲੋ ਕਲਾਸ। ਠੀਕ ਹੈ ਸਰ। ਆਪਣਾ ਵੀ ਮਾਸਟਰ ਜੀ ਤੁਹਾਡੇ ਵਾਲਾ ਹਿਸਾਬ ਹੀ ਹੈ ਵੈਸੇ। ਮੈਂ ਤਾਂ ਬਲਕਿ ਸੰਡੇ ਨੂੰ ਵੀ ਸਕੂਲੇ ਆ ਕੇ ਬਹੁਤ ਖੁਸ਼ ਹੁੰਦਾ। ਮੈਂ ਤਾਂ ਆਇਆ ਕਰੂੰਗਾ ਸੰਡੇ ਨੂੰ, ਤੁਸੀਂ ਵੇਖੋ ਜੇ ਸੈਟਿੰਗ ਬਣਦੀ ਹੈ। ਉਹ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ, ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਸੂਬੇਦਾਰ ਸਾਹਿਬ ਦੇ ਘਰ ਕਰ ਦਿੱਤਾ। ਆਹ ਬਿਜਲੀ ਪਾਣੀ ਦੇ ਖਰਚੇ ਮਿਲਾ ਕੇ ਕੁੱਲ 2500 ਰੁਪਏ ਤੁਹਾਨੂੰ। ਇੰਡੀਆ 'ਚ ਕਿੰਨੀਆਂ ਸਟੇਟਾਂ ਨੇ ਹੁਣ? ਉਹ ਕਮਾਲ ਕਰਦੇ ਹੋ ਨੀਤੂ ਮੈਡਮ, ਆਹ ਗੂਗਲ ਆਂਟੀ ਤੁਹਾਡੇ ਕੋਲ ਹੈ, ਇਹਨੂੰ ਪੁੱਛੋ। ਮੈਡਮ 29 ਸਟੇਟਸ ਨੇ ਤੇ 7 ਯੂਨੀਅਨ ਟੈਰੀਟਰੀਸ। ਚਲੋ ਚਲੋ। ਵੈਸੇ ਤੁਹਾਡਾ ਗੂਗਲ ਅੰਕਲ ਬੰਨਾ ਠੀਕ ਨਹੀਂ। ਸਰ ਜੀ ਸਰ ਜੀ, ਅੱਜ ਫੜ ਲਓ, ਕਿੰਨੇ ਵਜੇ ਮਾਰਨੀ ਹੈ ਜੀ ਤੁਸੀਂ? ਮਿਡ ਡੇ ਮੀਲ ਖਾ ਕੇ ਜੀ ਜਾਂ ਪਹਿਲਾਂ ਹੀ ਜੀ? ਕਿਹੜੀ ਫੜ ਲਓ, ਤੂੰ ਜਾ ਕੇ ਆਪਣਾ ਕੰਮ ਕਰ, ਮਾਰ ਸਬਜ਼ੀ ਚ ਕੜਛੀ ਕੁੜਛੀ। ਆ ਨਵੇਂ ਨਵੇਂ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਚਲੋ ਸਤਿ ਸ੍ਰੀ ਅਕਾਲ। ਅੱਛਾ ਮੈਨੂੰ ਸਾਰੇ ਦੱਸ ਦੋ, ਮੈਂ ਕਲਾਸ ਕਿਹੜੀ ਲੈਣੀ ਹੈ? ਉਹ ਛੱਡੋ ਸਰ, ਪਹਿਲਾ ਦਿਨ ਕਾਹਦੀਆਂ ਕਲਾਸਾਂ, ਸਾਰਾ ਸਾਲ ਕਲਾਸਾਂ ਹੀ ਲੈਣੀਆਂ। ਹੁਣ ਤੁਸੀਂ ਰੈਸਟ ਕਰੋ, ਗੇਟੋ ਖੱਬੇ ਪਾਸੇ ਨਿਕਲ ਕੇ ਜਿਹਨੂੰ ਮਰਜ਼ੀ ਪੁੱਛ ਲਓ ਸੂਬੇਦਾਰਾਂ ਦਾ ਘਰ। ਪਰ ਉਸ ਤੋਂ ਪਹਿਲਾਂ ਇੱਕ ਮਿੰਟ ਰੁਕੋ ਮਹਾਰਾਜ, ਇੱਕ ਸੈਲਫੀ ਤਾਂ ਕਰ ਲਈਏ ਫੇਸਬੁੱਕ ਲਈ, ਲਿਖ ਕੇ ਪਾਵਾਂਗੇ ਕਿ ਫੀਲਿੰਗ ਹੋਰੂ ਹੋਰੂ ਵਿਦ ਨਿਊ ਕਲੀਗ। ਆ ਸਮਾਈਲ ਪਲੀਜ਼। ਪੰਜਾਹ ਰੁਪਏ 70 ਪੈਸੇ ਨੱਥੂ ਭਾਨੋ ਕਾ, 5 ਰੁਪਈਏ ਚਰਨਾ ਫੁੱਲ ਦਲਵਾਰੇ ਕਾ,
16 ਰੁਪਈਏ ਕਰਨੀ। ਹਾਂਜੀ ਭਾਈ ਸਾਹਿਬ ਕੀ ਚਾਹੀਦਾ? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਅਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਸਮਾਈਲ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ, ਨਾਲੇ ਗੱਲਾਂ ਵਧੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਜੀ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ 'ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ ਓਏ ਉਲਗੀ ਵਿੱਚ ਆਵਾ। ਅੱਛਾ ਸ਼ੰਭੂਨਾਥ ਜੀ ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਹੈ ਭਲਾ? ਅੱਛਾ ਅੱਛਾ ਸੂਬੇਦਾਰ ਦੇ ਜਾਣਾ, ਮਤਾ ਰੌਂਗ ਨੰਬਰੀ ਦਾਦਾ ਸੀ। ਐਂ ਕਰੋ ਮਾਸਟਰ ਜੀ ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆਉਂਦਾ ਵਾ। ਠੀਕ ਹੈ ਜੀ ਠੀਕ। ਪਰ ਸ਼ੰਭੂਨਾਥ ਜੀ, ਹਾਂਜੀ ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਰੌਂਗ ਨੰਬਰ ਆ ਗਿਆ ਮੇਰੇ ਨਾਲ, ਜਾਂਦਾ ਜਾਂਦਾ ਪਤੰਦਰ 97 ਰੁਪਈਏ ਨੱਪ ਗਿਆ ਮੇਰੇ। ਚਲ ਰਕਮ ਤਾਂ ਕੋਈ ਵੱਡੀ ਨਹੀਂ ਸੀ, ਊਂ ਗੱਲ ਹੈ ਇੱਕ, ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਰੱਖ ਲਿਓ। ਪਤਾ ਬੜਾ ਦਿਲਦਾਰ ਲੱਗਦਾ ਬਈ। ਹੈ ਉਹ ਬਿੰਦਰ ਪੁੱਤਰ, ਮਾਸਟਰ ਜੀ ਆਏ, ਵਾਟਰ ਸਪਲਾਈ ਕਰੋ ਇਹਨਾਂ ਨੂੰ ਪਰ ਇੱਕ ਗਲਾਸ। ਮੈਂ ਵਾਟਰ ਵੇਸਟਿੰਗ ਨੂੰ ਹੇਟ ਕਰਦਾ ਜੀ। ਖੈਰ ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ? ਨਾ ਜੀ ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ, ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦੇਣਗੇ। ਥੈਂਕ ਯੂ ਭੈਣ ਜੀ। ਇਹ ਮੇਰੀ ਧੀ ਹੈ ਬਿੰਦਰ, ਇੱਕ ਦੋਤਾ ਹੈ ਮੇਰਾ, ਮਿੱਠੂ ਹੈ ਉਹਦਾ ਨਾਂ, ਸਾਰਾ ਦਿਨ ਜੀ ਲਾ ਰੱਖਦਾ ਹੈ, ਤੁਹਾਡੇ ਹੀ ਸਕੂਲ 'ਚ ਪੜ੍ਹਦਾ ਹੈ। ਅੱਛਾ ਆ ਪੌੜੀਆਂ ਚੜ ਜਾਓ, ਇਹ ਚਵਾਰਾ ਤੁਹਾਡਾ ਹੀ ਹੈ ਜੀ। ਸੁਭਦਰ ਸਾਹਿਬ ਸ਼ੁਕਰੀਆ। ਬਿੰਦਰੇ ਮਾਸਟਰ ਜੀ ਵਾਸਤੇ T2 ਧਰ ਲਓ। ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਬਾਣੀ ਜੀ, ਗੁੱਡ ਮਾਰਨਿੰਗ। ਆਲੋ ਪ੍ਰਸ਼ਾਦ ਲੈ ਲਿਆਓ ਜੀ। ਹੈ ਗੁਰਮੁਖ ਜੀ ਸਿਰ ਤਾਂ ਟੱਕ ਲਓ। ਓ ਸੌਰੀ ਯਾਰ ਬਾਣੀ, ਵੈਸੇ ਨਾ ਮੈਂ ਤਾਂ ਨਾਂ ਦਾ ਗੁਰਮੁਖ ਹਾਂ, ਕਹਿਣੀ ਔਰ ਕਰਨੀ ਦੀ ਗੁਰਮੁਖ ਤਾਂ ਤੂੰ ਹੈ ਬਾਈ। ਓਏ ਹੋਏ ਹੋਏ, ਇੰਨਾ ਮਾਨ ਬਖਸ਼ਿਆ ਨੀ ਬਾਣੀ ਨੂੰ। ਅੱਜ ਤਾਂ ਭਾਵੇਂ ਮੈਂ ਰੋਟੀ ਨਾ ਹੀ ਖਾਵਾਂ, ਪਿਆਰ ਨਾਲ ਹੀ ਰੱਜ ਗਈ। ਹੁਣ ਤਾਂ ਸਗੋਂ ਆਉਣ ਵਾਲੇ ਲਈ ਵੀ ਖਾਣਾ ਤੁਸੀਂ। ਜੇ ਮੇਰੇ ਹੁੰਦਿਆਂ ਮਾਂ ਪੁੱਤ ਦੀ ਖੁਰਾਕ 'ਚ ਕੋਈ ਕਮੀ ਆਈ ਨਾ, ਫਿਰ ਵੇਖਿਓ ਤੁਸੀਂ। ਤੁਸੀਂ ਵੀ ਮਾਂ ਪੁੱਤ ਕਿਹਾ, ਤੁਸੀਂ ਵੀ ਚਾਹੁੰਦੇ ਹੋ ਕਿ ਪੁੱਤ ਹੀ ਹੋਵੇ। ਉਹ ਤੂੰ ਕਮਲੀਆਂ ਦੱਸ ਹੈ, ਉਹੀ ਸੁਭਾਅ ਕੀ ਮੇਰੇ ਮੂੰਹ ਨਿਕਲ ਗਿਆ ਸੀ। ਮੈਨੂੰ ਤਾਂ ਨਿਆਣਾ ਚਾਹੀਦਾ, ਮੁੰਡਾ ਹੋਵੇ ਜਾਂ ਕੁੜੀ, ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ ਤੈਨੂੰ। ਮੈਂ ਜਾਓ ਤੁਸੀਂ, ਡਰਾਈ ਦਿੱਤਾ ਮੈਨੂੰ। ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ। ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ ਪੋਤਾ ਚਾਹੀਦਾ। ਓਏ ਓ ਐਵੇਂ ਸੋਚਿਆ ਨਾ ਕਰ ਬੀਬੀ ਬਾਰੇ, ਤੈਨੂੰ ਪਤਾ ਬੁੜੀਆਂ ਦੀ ਆਦਤ ਦਾ।
ਦਰਅਸਲ ਉਹ ਵੀਰ ਵੱਡੇ ਦੇ ਵੀ ਤਿੰਨ ਕੁੜੀਆਂ ਹੀ ਆ ਨਾ, ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ। ਅੱਛਾ, ਤੇ ਜੇ ਪੋਤੀ? ਪੋਤੀ ਇਜ਼ ਐ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ। ਨਾ ਜੀ ਨਾ। ਹਾਂ ਜੀ ਹਾਂ। ਨਾ ਜੀ ਨਾ। ਮਾਸਟਰ ਜੀ, ਕੀ ਗੱਲ, ਅੱਖ ਲੱਗ ਗਈ ਸੀ? ਨਾ ਜੀ, ਲੱਗੀਆਂ ਯਾਦ ਆ ਗਈਆਂ ਸੀ। ਥੋੜਾ ਉੱਚੀ ਬੋਲਿਆ ਕਰੋ, ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ। ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲਿਆਏ ਨਾ, ਹੋਈ ਤਾਂ ਵੈਸੇ ਤੁਹਾਨੂੰ ਖਿੱਚ ਲਈ ਹੈ। ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਜਦੋਂ ਤੁਸੀਂ ਬਣਾਉਣ ਲੱਗ ਗਏ ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ ਤੇ ਖੜ ਜਾਇਆ ਕਰਦਾ। ਮੈਂ ਸ਼ਰਮ ਨਹੀਂ ਮਹਿਸੂਸ ਕਰਦਾ। ਬਾਈ ਦੀ ਵੇ, ਜਾਤ ਗੋਤ ਕੀ ਹੈ ਤੁਹਾਡਾ? ਜਾਤ ਮੇਰੀ ਸਿੱਖ ਹੈ ਜੀ, ਤੇ ਗੋਤ ਸਿੰਘ ਹੈ। ਸਤਨਾਮ ਸਤਨਾਮ ਜੀ, ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸਤਨਾਮ ਜੀ, ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਦਾਤਾ ਸਭ ਨੂੰ ਹੀ ਜਾਣੇ, ਕੋਈ ਰਾਜਾ ਕੋਈ ਭਿਖਾਰੀ। ਵਾਹਿਗੁਰੂ, ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ, ਮਨ ਨੀਵਾਂ ਤੇ ਮਤ ਉੱਚੀ ਰੱਖਣਾ, ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ। ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸਤਨਾਮ ਜੀ, ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਪਿੰਡ 'ਚ ਕੋਈ ਬੰਦਾ ਨਹੀਂ ਦਿਸਦਾ, ਇੱਥੇ ਸ਼ਾਮ ਨੂੰ ਕਿਤੇ ਕਰਫਿਊ ਤੇ ਨਹੀਂ ਲੱਗਦਾ? ਹੈਂ, ਕਿੱਧਰ ਗਈ ਸਾਰੀ ਜਨਤਾ? ਇੱਥੇ ਆ ਦੇਸ਼ ਦੀ ਇੰਪੋਰਟੈਂਟ ਜਨਤਾ। ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ? ਉਹ ਪਤੰਦਰੋ, ਤੁਸੀਂ ਵੀ ਘਰੋਂ ਬਾਹਰ ਦੁਖੀ ਆ ਜਿਹੜੇ ਰੋਜ਼ ਹੀ ਆ ਜਾਂਦੇ। ਭਰਾ ਕੀ ਸਕੀਮਾਂ ਓਏ ਹੈਂਗਰ। ਮਾਡਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀਆ। ਅਸਲੀ ਨਾਮ ਕੀ ਹੈ? ਕੀ ਗੱਲ, ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦਿਆਂ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ। ਡਿਊਟੀ ਦਾ ਤਾਂ ਕੀ ਹੈ ਜੀ, ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ। ਹੈਂ, ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ, ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾਂ, ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ। ਹੈਂਗਰਾ, ਮੈਨੂੰ ਮਾਟਰ ਪਹਿਲਾਂ ਹੀ ਘੁੱਟ ਲਾ ਕੇ ਆਇਆ ਲੱਗਦਾ, ਪਰ ਕੱਚ ਹੈ। ਕੋਈ ਗੱਲ ਨਹੀਂ ਜੀ, ਹੋਰ ਲਵਾ ਦਿੰਦੇ ਹਾਂ। ਕਿਹੜੀ ਲਿਆਵਾਂ ਜੀ? ਮਾਫ ਕਰੋ ਮਿੱਤਰੋ, ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ। ਮੇਰਾ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ? ਮੈਂ ਜੀ ਦਰਅਸਲ ਛੇਤੀ ਦੇ ਬਈ ਗੁਰੂ ਘਰ ਗਿਆ ਸੀ, ਉੱਥੇ ਦਿਸਿਆ ਹੀ ਕੋਈ ਨਹੀਂ। ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ? ਮੈਂ ਨਹੀਂ ਕਿਸੇ ਨੂੰ ਸੁੰਘਿਆ। ਉਹ ਤੈਨੂੰ ਨਹੀਂ ਕਿਹਾ ਸੱਪ? ਦਰਅਸਲ ਜੀ, ਲੋਕਾਂ ਨੂੰ ਮਿਲੇ ਬਿਨਾ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ। ਤੁਰੇ ਫਿਰਦੇ ਆ ਇੱਧਰ ਰੌਣਕ ਜੀ ਦੀ ਸੀ, ਇੱਧਰ ਨੂੰ ਆ ਗਿਆ ਜੀ। ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ, ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ, ਤੇ ਆ ਲਾਟਰੀ ਅਰਗੇ ਆ ਜਿਹੜੇ ਇਸੇ ਖੜਾ ਲਾਉਂਦੇ ਸ਼ਾਮ ਨੂੰ। ਐ ਕਰੋ ਫਿਰ ਮਿੱਤਰ ਪਿਆਰਿਓ, ਇੱਕ ਕੱਪ ਚਾਹ ਦਾ ਪਿਓ। ਸਰ ਚਾਹ ਨਾ ਪੀਏ ਤੇ ਨਾ ਪਿਆਈਏ, ਚਾਹ ਤਾਂ ਹੈ ਨਹੀਂ ਜੀ। ਉਹ ਹੈ ਜੀ, ਉਹ ਕੱਲ ਸਕੂਟਰ ਚੱਕਿਆ ਗਿਆ, ਉਹ ਦੇਖ ਲਓ ਅੱਜ ਸਾਈਕਲ ਚੱਕਿਆ ਗਿਆ, ਉਹ ਮੈਂ ਲੁੱਟਿਆ ਗਿਆ। ਉਹ
ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂ, ਪਰ ਰੁਪਈਆ 100 ਲੱਗੂ। ਅਗਲੇ ਦਾ ਸਮਾਨ ਚੋਰੀ ਕਰਵਾਤਾ, ਬਾਅਦ ਚ ਉਹੀ ਚੋਰੀ ਦਾ ਸਮਾਨ ਦੱਸਣ ਦੇ ਵਿੱਚ ਮੋਟੀ ਫੀਸ ਲਾਤੀ ਅਗਲੇ ਨੂੰ। ਨਾਈਸ, ਵੈਰੀ ਨਾਈਸ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲਾਟਰੀ ਕੀ ਕਹਿ ਗਿਆ ਇਹ? ਮਤਲਬ ਕਹਿੰਦਾ ਵੀ, ਕਹਿੰਦਾ 100 ਰੁਪਿਆ ਫੀਸ ਘੱਟ ਹੈ, ਰੇਟ ਚੱਕ ਲੋ। ਓਕੇ ਜੀ, ਥੈਂਕ ਯੂ। ਬਸ ਨੋਟੀ। ਸਰ ਜੀ, ਸਰ ਜੀ, ਅੱਗ ਲੱਗੀ ਪਈ ਆ ਸਬਜ਼ੀ ਮੰਡੀ 'ਚ ਤਾਂ। ਓਹੋ ਹੋ ਹੋ ਹੋ, ਕੀ ਹੋ ਗਿਆ? ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਓ ਨਾ ਸਰ ਜੀ, ਉਹ ਵਾਲੀ ਨਹੀਂ, ਮੰਗਿਆਈ ਵਾਲੀ। ਕੀ ਰੌਲਾ ਪਾਇਆ ਤੁਸੀਂ? ਓਏ, ਤੁਹਾਡੇ ਮਾਸਟਰ ਜੀ ਕਿੱਥੇ ਆ? ਚਲੋ ਬੈਠੋ। ਇੱਥੇ ਨੇ। ਕਿੱਦਾਂ ਗੁਰਮੁਖ ਜੀ, ਅੱਜ ਭੁੰਜੇ ਹੀ ਆਸਣ ਲਾਇਆ, ਸੁੱਖ ਤਾਂ ਹੈ? ਪੁੱਲਰ ਸਾਹਿਬ, ਬਾਬਾ ਜੀ ਕਹਿ ਗਏ ਸੀ, ਨਿਵੇਂ ਸੋ ਗੌੜਾ ਹੋਏ, ਸੋ ਕਦੇ ਕਦੇ ਬਾਬਾ ਜੀ ਦੀ ਮੰਨ ਲਈਦੀ ਹੈ। ਫੜ ਲਓ ਸਰ ਜੀ, ਪਾਪਾ ਚੰਡੀਗੜ੍ਹ ਤੋਂ ਸਸਤੀ ਬੋਤਲ ਲੈ ਕੇ ਆਏ ਸੀ, ਲੈ ਜਿਓ। ਚੁੱਪ ਕਰੇ, ਮੈਂ ਜ਼ਰਾ ਚੱਕੀ ਤੋਂ ਆਟਾ ਚੁੱਕ ਲਿਆ ਵਾਂ, ਤੁਸੀਂ 2 ਮਿੰਟ ਇਹਨਾਂ ਨਾਲ ਭੰਬਾ ਪਾਓ ਖੇਡੋ, ਬਸ ਮੈਂ ਗਿਆ ਤੇ ਆਇਆ। ਠੀਕ ਹੈ ਜੀ, ਠੀਕ, ਧਿਆਨ ਰੱਖਿਓ। ਓਏ, ਆ ਫੜ ਲਓ ਸਰ ਜੀ, ਕੀ ਹੁੰਦਾ? ਸਰ ਜੀ, ਫੜ ਲਓ, ਜ਼ਿਆਦਾ ਮਾਰ ਦੇਣ ਜੀ। ਪੁੱਤ, ਕਦੇ ਟੀਚਰਸ ਦੇ ਪੁੱਠੇ ਨਾਂ ਨਹੀਂ ਲਈਦੇ, ਠੀਕ ਹੈ? ਸਰ, ਇਹਨਾਂ ਦੇ ਕਿਹੜੇ ਸਿੱਧੇ ਨਾਮ ਨੇ? ਆਹ ਪੈਟਰੋਲ ਹੈ, ਆਹ ਦੁੱਖ ਦੇਣਾ, ਤੇ ਆਹ ਫਿਊਜ਼ ਹੈ। ਮੈਡਮ, ਜਿੱਥੇ ਕੋਈ ਚੀਜ਼ ਗਲਤ ਹੈ, ਉਹਨੂੰ ਸਹੀ ਥਾਂ ਤੇ ਲੈ ਕੇ ਆਉਣਾ ਸਾਡਾ ਟੀਚਰਸ ਦਾ ਧਰਮ ਹੈ। ਜੇ ਇਹਨਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਨਾਂ ਹੀ ਨਹੀਂ ਪਤਾ ਹੋਣਗੇ, ਤਾਂ ਫਿਰ ਇਹਨਾਂ ਨੂੰ ਭਾਈ ਜੈਤਾ ਜੀ, ਭਾਈ ਤਾਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਕਨਈਆ ਜੀ, ਬੰਦਾ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਦੀਵਾਨ ਟੋਡਰਮਾਲ, ਪੀਰ ਬੁੱਧੂ ਸ਼ਾਹ, ਇਹਨਾਂ ਦੇ ਨਾਮ ਕੌਣ ਦੱਸੇਗਾ? ਸੋ ਮੈਮ, ਸਿਖਾਉਣ ਵਾਸਤੇ ਸਿੱਖਣਾ ਪੈਣਾ। ਵਿਦਿਆ ਵਿਚਾਰੀ ਤੱਪਾ ਰੂਪਕਾਰੀ ਬੱਚਿਓ, ਇਹ ਬਾਬੇ ਗੁਰੂ ਨਾਨਕ ਦੀ ਬਾਣੀ ਹੈ, ਤੇ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਕਿੱਧਰ ਜਾਣਾ ਔਰ ਕਿੱਧਰ ਨਹੀਂ ਜਾਣਾ। ਔਰ ਬਾਬੇ ਦੇ ਦਰ ਤੋਂ ਅਸੀਂ ਜੋ ਵੀ ਸੱਚੇ ਮਨੋਂ ਮੰਗਦੇ ਹਾਂ ਨਾ ਬੱਚੇ, ਉਹ ਸਾਨੂੰ ਮਿਲ ਜਾਂਦਾ। ਅੱਛਾ ਸਰ ਜੀ, ਜੋ ਮੰਗੋ ਉਹੀ ਮਿਲ ਜਾਂਦਾ? ਸੱਚੇ ਮਨੋਂ ਮੰਗਾਂਗੇ ਜ਼ਰੂਰ ਮਿਲਦਾ। ਸਰ ਜੀ, ਜੇ ਮੰਗੀ ਮੈਥ ਨਾ ਪੜਾਇਆ ਜਾਵੇ ਤਾਂ ਬਣ ਜੂ ਗੱਲ? ਆਪਾਂ ਇਹ ਕਿਉਂ ਮੰਗਣਾ ਬੱਚੇ ਕਿ ਮੈਥਸ ਨਾ ਪੜਾਇਆ ਜਾਏ ਸਾਨੂੰ? ਆਪਾਂ ਇਹ ਕਿਉਂ ਨਹੀਂ ਮੰਗਦੇ ਕਿ ਬਾਬਾ ਜੀ ਮੈਨੂੰ ਮੈਥ ਸਮਝ ਆ ਜਾਏ? ਇਸੇ ਗੱਲ ਦਾ ਇਤਰੌਲਾ ਬੱਚੇ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਗੁੱਡੀ, ਤੂੰ ਬਹੁਤ ਚੁੱਪ ਕਰਕੇ ਬੈਠੀ ਹੈ ਪੁੱਤ, ਨਾ ਤੂੰ ਮਨ ਨਾਲ ਖੇਡੀ ਹੈ, ਕਿਸੇ ਨਾਲ ਗੱਲ ਵੀ ਨਹੀਂ ਕਰਦੀ, ਹੈਂ? ਕੀ ਨਾਂ ਹੈ ਤੇਰਾ? ਸਰ ਜੀ, ਇਹ ਤਾਂ ਨਾ ਹੀ ਫਿਊਜ਼ ਹੈ, ਇਹਨੇ ਕੀ ਬੋਲਣਾ? ਤੇਰੇ 'ਚ ਜ਼ਿਆਦਾ ਕਰੰਟ ਲੱਗਦਾ ਪੁੱਤ ਮੈਨੂੰ, ਹੈਂ? ਤੂੰ ਚੁੱਪ ਕਰਕੇ ਨਹੀਂ ਬਹਿੰਦਾ? ਸਰ ਜੀ, ਤਾਂ ਹੀ ਤੈਨੂੰ ਪੈਟਰੋਲ ਕਹਿੰਦੇ ਆ। ਕੀ ਨਾਂ ਹੈ ਮੇਰੇ ਪੁੱਤ ਦਾ? ਜੀ, ਜੋਤੀ। ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਬਹੁਤ ਸੋਹਣਾ ਨਾਂ ਹੈ ਪੁੱਤ। ਜੋਤੀ ਮਤਲਬ ਰੋਸ਼ਨੀ, ਚਾਨਣ। ਤੂੰ ਹਨੇਰਿਆਂ ਨੂੰ ਦੂਰ ਕਰੇਂਗੀ ਪੁੱਤ।
ਸਰ ਮੈਂ ਕਿਸ ਦਿਨ ਤੋਂ ਅਰਦਾਸ ਸ਼ੁਰੂ ਕਰ ਸਕਦਾ ਜੀ? ਤੂੰ ਕਾਹਦੀ ਅਰਦਾਸ ਸ਼ੁਰੂ ਕਰਨੀ ਹੈ ਬਈ? ਸੀਕ੍ਰੇਟ ਆ ਜੀ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਸੁਪੁੱਤ, ਅਗਰ ਅਸੀਂ ਅਰਦਾਸ ਲਈ, ਪੜ੍ਹਾਈ ਲਈ ਕਿਸੇ ਖਾਸ ਸਮੇਂ ਦਾ ਇੰਤਜ਼ਾਰ ਕਰੀ ਜਾਵਾਂਗੇ ਨਾ, ਉਹ ਫਿਰ ਕਦੇ ਹੋ ਹੀ ਨਹੀਂ ਸਕਦਾ। ਕਹਿੰਦੇ ਆ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੈਂ ਪਰਲੈ ਹੋਏਗੀ, ਫਿਰ ਕਰੋਗੇ ਕਬ? ਉਹ ਕਦੋਂ ਬਾਸਮਤੀ ਪਈ ਆ ਕਾਲੀਆਂ ਮਿਰਚਾਂ? ਉਹ ਪਿਰਥੀ ਆਈ ਆ, ਸੌਦਾ ਪੱਤਾ ਤੋੜ ਕੇ ਨਾ। ਠੀਕ ਹੈ ਬਾਈ, ਕਮਾਲ ਆ ਮਾਸਟਰ ਜੀ, ਪਹਿਲੀ ਵਾਰ ਕਿਸੇ ਨੇ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ। ਮਹੀ ਦਾ ਤਾਂ ਪੰਜਵੀਂ ਫੇਰ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਲ ਕੇ ਲਿਆਉਂਦੇ ਆ। ਓ ਬੋਦੀ ਭੌਂਕਣਾ, ਤੂੰ ਫੀਸਾਂ ਭਰਦੇ ਰਹੇ ਮੇਰੀਆਂ, ਪੰਜਵੀਂ ਫੇਲ ਨਾਲੇ ਪਾਸ, ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗ ਗਈਆਂ। ਲੱਗ ਗਿਆ ਰੌਂਗ ਨੰਬਰ, ਉਹ ਤੁਹਾਨੂੰ ਥੋੜ੍ਹੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ, ਕੰਧ ਹੈ ਇੱਕ। ਉਹ ਸਾਹਿਬ ਨੂੰ ਮੈਂ ਪਾਉਂਡ ਮੰਗਲੇ ਤੇ ਤੁਰਿਸ਼ ਬੱਚਾ, ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਠੇ 'ਚ ਪੜਾਏ ਹੁੰਦੇ ਆ ਉਹ ਹੁੰਦੇ ਆ। ਸ਼ੰਭੂ ਜੀ, ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ, ਤੁਸੀਂ ਸਹੀ ਟੱਟੂ ਕਿਹਾ, ਨਾਲੇ ਸਰਦਾਰੀਆਂ ਕਾਹਦੀਆਂ, ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਰ ਇਹਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉਂ। ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ, ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਗਾ ਲਫਤਾਂਸ ਵਾਲਾ? ਗੁੱਸਾ ਨਾ ਕਰੀਂ, ਗੱਲ ਹੈ ਇੱਕ। ਤੂੰ ਐਂ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ, ਜੇ ਤੇਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ 'ਚ ਢੋਲ ਪਾ ਲੈ। ਐਂ ਕਰ, ਗੁਰਦੁਆਰੇ ਜਾ ਕੇ ਨਾ ਅਨਾਊਂਸਮੈਂਟ ਕਰਾ ਦੇ, ਠੀਕ ਹੈ? ਹਾਂ, ਹੈਲੋ ਭੌਂਕ, ਮੈਂ ਬੋਧੀ ਰਾਮ ਦੀ ਬੋਧੀ ਪੱਟ ਰਿਹਾ, ਘਰੇ ਆ ਕੇ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਕਰੋ ਨੀ ਨਿਕਲ। ਮਲਵਾਦਾ ਦੀ ਪਹਾੜ ਵਾਲੀਏ, ਐਡਾ ਵੱਡਾ ਰੌਂਗ ਨੰਬਰ ਲਾਦਾ ਸੀ, ਗੁੱਸਾ ਨਾ ਕਰੀ, ਗੱਲ ਆ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ, ਕੇਸ ਵਿਗੜੇ ਹੀ ਸਮਝੋ, ਕਰਜ਼ੇ ਕੁਰਜ਼ਿਆਂ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ, ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ, ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੌਂਗ ਨੰਬਰ ਹੀ ਲਾਏ। ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ, ਕੋਈ ਨੀ ਬਾਅਦ 'ਚ ਆ ਜਾਣਗੇ, ਲਿਖ ਲਾਂਗੇ। ਨਹੀਂ ਨਹੀਂ, ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨੀ, ਉਹ ਫਿਰ ਸਾਦੇ ਵੱਲ ਲਿਖ ਦਿਓ, ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਉੱਤੇ ਡਾਊਨਲੋਡ ਕਰਾਂਗੇ। ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਡ ਫੀਲਿੰਗ ਲਪਾਤਾ ਫੇਸ ਮੇਰੇ ਸਗੇ ਯਾਰ, ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ। ਲਫਾਫੇ 'ਚ ਕੀ ਆ ਓਏ? ਓਏ ਤਾਂ ਫਿਸ਼ ਫਾਰ ਵਾਈਫ ਆ, ਭਾਬੀ ਲਈ ਫਿਸ਼, ਫਿਸ਼ ਭਾਬੀ ਲਈ। ਵੈਰੀ ਗੁੱਡ, ਵੈਰੀ ਨਾਈਸ ਹਸਬੈਂਡ। ਸੱਪ ਸੱਪ, ਬੈਠ ਬੈਠ, ਲੈ ਪੜਿਆ ਗਲਾਸੀ ਓਏ। ਦੋ ਚੀਜ਼ਾਂ ਜੱਟ ਮੰਗਦਾ, ਜੱਟ ਮੰਗਦਾ ਫਾ, ਜੱਟ ਮੰਗਦਾ ਸਲਫਾਸ, ਜੱਟ ਮੰਗਦਾ ਦਿਸ ਐਂਡ ਦੈਟ। ਹੁਣ ਹੁਣ ਜਾਂ ਬੈਂਕ ਵਾਲੇ ਨੀ ਜਾਂ ਫਿਰ ਮੈਂ ਨੀ, ਟਰੈਕਟਰ ਚੱਕਣੂ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ, ਜੇ ਦਿੱਲੀ ਦੀਆਂ ਕੁਰਸੀਆਂ ਨਾ ਪਲਟਾ ਕੇ ਰੱਖਦਿਆਂ। ਹੈਂਗਰ ਲਿਆ ਵੀ ਮਿੱਤਰ ਪਿਆਰਿਆ, ਚਾਹ ਦਾ ਕੱਪ ਆ ਇੱਕ। ਚਾਹ ਕਿੱਥੇ? ਇੱਥੇ। ਸੋਹੀ ਸਾਹਿਬ, ਮੈਂ ਸਵੇਰੇ ਚਾਹ ਦਾ ਸਮਾਨ ਦੇ ਗਿਆ ਸੀ। ਸੋਹੀ ਸਾਹਿਬ ਭੁੱਖੋ ਭੁੱਖੋ, ਸੋਹੀ ਦੇ ਜ਼ਖਮਾਂ ਦੇ ਨੂਣ, ਉਹ ਕਿਸਮਤੀ ਮਾੜੀ ਲਿਖਦੀ ਪੈਰੀ ਰੱਬ ਨੇ।
ਲਓ ਦੱਸੋ ਜੀ, ਰੱਬ ਹੁਣ ਇੰਨਾ ਵਿਹਲਾ ਵੀ ਬਹਿ ਕੇ ਕਿਸਮਤਾਂ ਲਿਖਦਾ ਫਿਰ? ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ। ਜਾ ਲਓ ਜੀ। ਸ਼ੁਕਰੀਆ ਜੀ, ਸ਼ੁਕਰੀਆ, ਸ਼ੁਕਰੀਆ। ਬਸ ਠੀਕ ਹੈ, ਠੀਕ ਹੈ। ਵੈਸੇ ਲਾਟਰੀ ਤੂੰ ਵੀ ਨਾ, ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ। ਚਿੱਠੀਆਂ ਚੁੱਠੀਆਂ ਤੇ ਅੱਜ ਕੱਲ ਲਿਖਦਾ ਕੋਈ ਨੀ ਸਾਮਕਾ, ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ। ਬਿਜਲੀ, ਪਾਣੀ, ਫੋਨਾਂ ਦੇ ਬਿੱਲ ਡਾਕ ਰਾਹੀਂ, ਬੀਮੇ ਦੀਆਂ ਚਿੱਠੀਆਂ, ਬੈਂਕਾਂ ਬੂੰਕਾਂ ਦੀਆਂ। ਓ ਬੈਂਕਾਂ ਬੂੰਕਾਂ ਮੁਰਦਾਬਾਦ, ਬੈਂਕ ਦੀ ਚਿੱਠੀ, ਹਾਏ ਹਾਏ। ਚਾਚਾ ਟਕਿਆ ਰਹਿ ਯਾਰ, ਇੱਥੇ ਸਾਡੀ ਪਰਸਨਲ ਗੱਲ ਚੱਲ ਰਹੀ ਹੈ। ਮਾਟੀ ਮੁੜਿਆ, ਇੱਕ ਹੋਰ ਚਿੱਠੀ ਆਉਂਦੀ ਹੈ, ਉਹਦੇ ਲਿਖਿਆ ਹੁੰਦਾ ਟੂ ਸਤਨਾਮ ਵਾਹਿਗੁਰੂ। ਫਰੋਮ ਵਾਲੇ ਦਾ ਨਾਂ ਪਤਾ ਹੀ ਨਹੀਂ ਹੁੰਦਾ ਉੱਥੇ ਯਾਰ, ਫਰੋਮ ਸਤਨਾਮ ਵਾਹਿਗੁਰੂ। ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ? ਕਰਨਾ ਕੀ ਹੈ, ਪੀਪਾ ਜਿਹਾ ਲਾਇਆ ਹੋਇਆ, ਕੋਠੇ 'ਚ ਪਾ ਕੇ ਰੱਖ ਦੇਈਏ ਬਸ। ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ 'ਚ? ਇਮਾਨਦਾਰ ਹੈ ਲਾਟਰੀ ਭਾਈ ਸਾਹਿਬ, ਗਲਤ ਕੰਮ ਨਹੀਂ ਕਰਦਾ। ਉਹ ਬੇੜਾ ਬਹਿ ਗਿਆ ਉਹ ਕਿਸੇ ਦਾ, ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ। ਉਹ ਦੇਖ ਲਓ ਤੁਹਾਨੂੰ ਆਪਣੇ ਜੀਜੇ ਦਾ ਰੋਜ਼ ਕੋਈ ਸਮਾਨ ਚੱਕ ਲੈ ਜਾਂਦਾ। ਲੱਭ ਜੂ ਤੇਰੀ ਲਾਟਰੀ। ਦੇਖ ਲਓ ਤੁਹਾਨੂੰ ਮੈਂ। ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ, ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ। ਚੰਗਾ ਜੀ, ਚੰਗਾ ਜੀ। ਮਤਲਬ ਵੀ ਮੈਂ ਮਾਸਟਰ ਕੀ ਕਹਿ ਕੇ ਜਾਂਦਾ ਜਾਂਦਾ ਦੱਸ ਦੱਸ ਇਹਨੂੰ। ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ, ਐ ਨੀ ਸੁਧਰਨਾ ਸੱਪ ਨੇ। ਅੱਛਾ, ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ। ਯੈਸ ਯੈਸ, ਠੀਕ ਹੈ। ਓ ਮਾਸਟਰ, ਓ ਤੂੰ ਮੇਰੀ ਘਰਵਾਲੀ ਦੀ ਮੱਛੀ ਖਾ ਗਿਆ। ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ? ਓਹੋ ਸਰ ਜੀ, ਸ਼ਮਸ਼ੇਰ ਬ੍ਰਾਂਡ ਸੀਗਾ, ਬਲੈਕੀਆ। ਮੈਂ ਪੜਦਾ ਬਾਪੂ ਜੀ। ਆ ਜਿਹੜੇ ਉਹ ਤੀਰਿਆ, ਤੂੰ ਪੜ ਕੇ ਡੀਸੀ ਲੱਗਣਾ, ਕੰਮਕਾਰ ਨਾ ਕਰੀ, ਸਾਲਿਆਂ ਦੇ ਹੱਡ ਹਰਾਮੀ ਹੋਏ ਹੋਏ ਨੇ। ਪੁੱਤ, ਮੈਂ ਤੈਨੂੰ ਸਾਰੀ ਰਾਤ ਡੀਕਦਾ ਰਿਹਾ, ਤੂੰ ਕਿੱਥੇ ਸੀ ਸੇਰਿਆ? ਸ਼ਮਸ਼ੇਰ ਬ੍ਰਾਂਡ ਆ ਮੈਂ, ਦੁੱਧ ਚੁੰਘਦਾ ਜਵਾਕ ਨਹੀਂ, ਨਾਲੇ ਜ਼ਰੂਰੀ ਨਹੀਂ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ। ਪਿੰਕੀਏ, ਓ ਪਿੰਕੀਏ। ਡੈਡ ਪਿੰਕੂ ਨਾ ਆਇਆ ਮੇਰਾ। ਬਾਪ ਆ ਤੇਰਾ, ਕੁਛ ਵੀ ਕਹਿ ਸਕਦਾ। ਓ ਤੂੰ ਕਾਲਜ ਨਹੀਂ ਗਿਆ ਅੱਜ? ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ, ਉੱਥੇ ਗਿਆ ਸੀਗਾ। ਅਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ, ਕਿਹਨੂੰ ਮਿਲ ਕੇ ਆਇਆ, ਕਦੋਂ ਆਇਆ, ਡੈਡ ਕਿੱਥੇ ਤੇਰਾ? ਉਹ ਬੁੱਢਿਆਂ ਦੇ ਸੁਭਾਅ ਹੀ ਇਹੋ ਜਿਹੇ ਹੁੰਦੇ ਨੇ। ਹੁਣ ਕੀ ਪ੍ਰੋਗਰਾਮ ਹੈ ਤੇਰਾ? ਕਾਲਜ ਜਾਣਾ ਡੈਡ। ਓਏ, ਕਾਲਜ ਨੇ ਕਿਹੜੇ ਨੋਟ ਦੇ ਦੇਣੇ ਨੇ? ਤੂੰ ਤਿਆਰ ਹੋ, ਅੱਜ ਡਿਲੀਵਰੀ ਦੇਣੀ ਇੱਕ। ਓਕੇ। ਓ ਮੰਨਤ ਕਿੱਥੇ? ਕਾਲਜ ਗਈ ਡੈਡ। ਹਾਂ ਮੰਤੇ, ਉਹ ਜਾਗਦੀਆਂ ਕੇ ਸੌਂਗੀ ਹੈ? ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ। ਓਏ ਹੋਏ ਹੋਏ, ਸਿਰਾ ਡਲਕ ਮਾਰਿਆ ਬਈ। ਕੀ ਆਸ ਸੀ, ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਂਦਾ। ਉਹ ਕਮਲੀਏ ਸ਼ਦੈਣੇ, ਇਸ਼ਕ ਦੀ ਫਿਲਮ 'ਚ ਨਾ ਕੁਛ ਲੋਕੇਸ਼ਨ ਨਾ ਬਾਰ ਬਾਰ ਰਿਪੀਟ ਹੁੰਦੇ ਨੇ, ਤੈਨੂੰ ਉਹ ਨਹੀਂ ਪਤਾ? ਬਹੁਤਾ ਹੀਰੋ ਨਾ ਬਣ,
ਜਿੱਦਣ ਡੈਡੀ ਆ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਆ। ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ। ਓ ਯਾਰ ਤੂੰ ਹਾਰਟ ਬਾਏ ਹਾਰਟ ਗੱਲਾਂ ਕਰਨਾ ਹੀ ਆ ਕਿ ਹਾਰਟ ਅਟੈਕ ਦੇਣਾ ਹੀ ਆ। ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ। ਓਕੇ ਹੈ ਨਹੀਂ ਸੀ, ਆਪਣੀ ਮੰਗਣੀ ਟੁੱਟ ਚੁੱਕੀ ਆ। ਜੇ ਬਹੁਤੇ ਚਾਹ ਨਾ ਵਿਆਹ ਕਰਾਉਣ ਦਾ ਤਾਂ ਕੁਛ ਬਣ ਕੇ ਵਖਾ। ਓ ਯਾਰ ਹੁਣ ਮੈਂ ਜਹਾਜ਼ ਬਣ ਜਾ, ਗੱਲ ਚੱਲ ਤਾਂ ਰਹੀ ਹੈ ਮੇਰੀ ਦੋ ਤਿੰਨ ਕੰਪਨੀਆਂ ਨਾਲ, ਆਜੂਗੀ ਮੇਰੀ ਸੀ ਡੀ, ਫਿਰ ਦੇਖੀ ਆਸੀ ਸੋਹੀ ਆਸੀ ਸੋਹੀ ਹੁੰਦੀ, ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ, ਫਿਰ ਦੇਖੀ ਜਾਈ ਤੂੰ ਕਰਾਂ। ਫਿਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ। ਹੋਰ ਫਿਰ ਤਾਂ ਆਪਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ। ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ। ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ। ਪੱਕੀ ਗੱਲ ਹੈ। ਅੱਛਾ ਜੀ, ਯੱਟ ਦਿਆਂ ਰੀਸਾਂ ਫਸ਼ਕਰੀਆਂ ਕਰਦੀਆਂ, ਓਏ ਐ ਨਹੀਂ ਹੋਣੀਆਂ ਬੱਗੀ ਏ। ਕਾਪੀ ਕਰਨਾ ਜੱਟੀ ਨੂੰ ਵੀ ਸਿਖਾਲਾ ਨੀ। ਓ ਮੇਰੀ ਮਨ ਤੇ ਪਸ ਕਰ ਯਾਰ, ਐਵੇਂ ਫਰੌਂਟੀ ਹੋਈਆਂ ਮਰੀ ਜਾਣੀਆਂ, ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ ਜਦ ਤਾਂ ਤੂੰ ਘਰੋਂ ਬਾਹਰ ਨੀ ਨਿਕਲਦੀ। ਤੂੰ ਕਰਦੇ ਅੱਗੇ ਗੇੜੀ ਮਾਰਨ ਨਾ ਆਇਆ ਕਰ, ਇੱਥੇ ਤੱਕ ਲਾ ਲੈ ਤੇ ਫਿਰ ਐਂ ਕਰੇ ਹੁਣ ਕਰਾਂ, ਅੱਖਾਂ ਦਾ ਸ਼ਟਰ ਨਾ ਖੱਲਾ ਹੀ ਰੱਖੀ, ਲਾਊਂਗਾ ਦੋ ਘੰਟੇ ਤਾਂ। ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ, ਲਾਵਾਂ ਚਿਣ ਚਿਣ ਪੇਚ ਪੱਗ ਦੇ। ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ, ਹੋ ਲਾਵਾਂ ਚਿਣ ਚਿਣ ਪੇਚ ਪੱਗ ਦੇ। ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਾਫੀ, ਇਹ ਤੂੰ ਨੀ ਤੇਰੇ ਨੈਣ ਦੱਸ ਦੇ। ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਰਦੀ, ਇਹ ਤੂੰ ਨੀ ਤੇਰੇ ਨੈਣ ਦੱਸ ਦੇ। ਮੁੰਡੇ ਹੋਰ ਵੀ ਬਥੇਰੇ ਤੁਰੇ ਫਿਰਦੇ, ਮੁੰਡੇ ਹੋਰ ਵੀ ਬਥੇਰੇ ਤੁਰੇ ਫਿਰਦੇ, ਉਹ ਕਿੰਨੇ ਹੁਸਨਾਂ ਦੇ ਠੱਗ ਨੇ। ਉਹ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ, ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ, ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ। ਸਿਰੇ ਬੰਨਣੇ ਆਇਆ ਤਕੀ ਸਿਆਲ ਚ, ਨੀ ਤੂੰ ਟੋਲੀ ਵਿੱਚ ਆ ਜੀ ਚੜ ਕੇ। ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਾਫੀ, ਇਹ ਤੂੰ ਨੀ ਤੇਰੇ ਨੈਣ ਦੱਸ ਦੇ। ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਰਦੀ, ਸਰਕਾਰੀ ਮੁਲਾਜ਼ਮਾਂ ਦੇ ਨਾਲ ਦੌਂਗ ਦੰਬਲ ਨਹੀਂ ਲਾਈਦਾ, ਇਹਨਾਂ ਨੇ ਕਿਹੜਾ ਕੱਦੂ ਕਰਨ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਉਣਾ, ਗੁੱਸਾ ਨਾ ਕਰੀ ਗੱਲ ਦਾ ਇੱਕ। ਓਏ ਐਂ ਕਿਵੇਂ ਲੈ ਜਾਣਗੇ ਮੇਰਾ ਡਾਇਰੈਕਟਰ, ਇਹਨਾਂ ਦੀ ਬੈਂਕ ਵਾਲਿਆਂ ਦੀ। ਚੁੱਪ ਕਰ ਜਾ, ਉਹੀ ਬੋਲੀ ਜਾਨ। ਆ ਸੋਹੀ ਦਾ ਮੁੰਡਾ ਹੈ ਆਸੀ। ਚਲੋ ਮੁੰਡਾ ਆ ਗਿਆ, ਹੁਣ ਕੋਈ ਢੰਗ ਦੀ ਗੱਲ ਤਾਂ ਕਰੂ। ਕੀ ਗੰਦ ਪਾਇਆ ਗੁਪਤੇ, ਤੀਰੇ ਕਿਤੇ ਚੱਕ ਕੇ ਮੂੰਹ ਆ ਜਾਂਦੇ ਹੋ, ਸਾਰਾ ਕਰਜ਼ੇ ਲਿਆ ਬੈਂਕ ਤੋਂ, ਕੋਈ ਮੁੱਲ ਦਾ ਹੀ ਲੈਣਾ ਸਾਨੂੰ ਬੈਂਕ ਨੇ। ਗੱਲ ਸੁਣ ਸੰਧੂਆ, ਜੇ ਡਾਇਰੈਕਟਰ ਨਹੀਂ ਚੱਕ ਮੈਂ ਗੱਟੇ ਵੜ ਦੂੰ ਸਾਲੇ ਦੇ। ਤਮੀਜ਼ ਨਾਲ ਗੱਲ ਕਰ ਕਾਕਾ, ਨਾਮ ਆਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ। ਚਲੋ ਗੁਪਤਾ ਸਾਹਿਬ, ਮਾਰੋ ਸੈਲਫ ਡਾਇਰੈਕਟਰ ਨੂੰ। ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ। ਭਾਈ ਸਾਹਿਬ, ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ, ਇਹਨਾਂ ਨੂੰ ਹਫ਼ਤੇ ਦੀ ਮੌਲਤ ਹੋਰ ਦੇ ਦਿਓ, ਲੜਕਾ ਤਾਂ ਹਲੇ ਨਿਆਣਾ ਹੈ। ਲੈ ਮੈਂ ਤਾਂ ਲਵਾ ਵੀ ਝੋਟੀ ਦੀਆਂ ਗੋਟ ਨਹੀਂ ਆ, ਮੈਂ ਕਿਹੜੇ ਪਾਸੇ ਨਿਆਣਾ। ਓਏ ਓਏ ਸੂਬੇਦਾਰਾ, ਮੇਰਾ ਪੁੱਤ ਗੱਭਰੂ ਹੈ,
ਨਿਆਣਿਆਂ ਨੂੰ ਕਿਤੇ ਕਹਾਂ ਫੀਮ ਨੂੰ ਕੀ ਜੋਗੇਦਾ। ਦੇਖੋ ਜੀ, ਅਸੀਂ ਹੈਗੇ ਸਰਕਾਰੀ ਨੌਕਰ, ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਕਰਨਾ, ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ। ਓਏ ਚੀਜ਼ ਨੂੰ ਕਹਾਂ ਟੋਫੀ ਹੈ, ਟਰੈਕਟਰ ਹੈ, ਟਰੈਕਟਰ ਜੱਟ ਦਾ। ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ। ਮਰਜੂ ਨਹੀਂ ਪੁੱਤ, ਮਾਰ ਤੂੰ ਇੱਕ ਤੇ ਬਾਜੂ ਬਾਬੂਆਂ ਦੇ। ਸੋਹੀ ਸਾਹਿਬ, ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ। ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ। ਦੇਖੋ ਮਰਜ਼ੀ ਦੀ ਗੱਲ, ਇੱਕ ਮਿੰਟ, ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ। ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਣ ਦਿਓ, ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ। ਦੇਖੋ ਜੀ, ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ। ਮਾਸਟਰ ਜੀ, ਇਹ ਮਰੰਗ ਚਿੱਠੀਆਂ ਨੇ, ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ। ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ, ਜੇ ਕੁਛ ਲਿਹਾਜ਼ ਹੋ ਸਕਦਾ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਹੀ ਮਾਣ ਰੱਖ ਲਓ ਜੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਹੈ ਨਾ। ਚਲੋ, ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ, ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ। ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕੁਛ ਪਾਏ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਹਾਂ, ਪਰ ਮੈਂ ਇੱਕ ਗੱਲ ਦੱਸਦਾ, ਅਸੀਂ ਇੱਕ ਹਫ਼ਤੇ ਦੀ ਮੁਹਲਤ ਦਿੰਦੇ ਹਾਂ, ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਵਾਂਗੇ। ਚਲੋ ਸੰਧੂ ਸਾਹਿਬ, ਚਲੋ ਬਹੁਤ। ਤੂੰ ਐਂ ਕਰੀ ਓਏ, ਬੜੀ ਮਿਹਰ, ਹਫ਼ਤੇ ਬਾਅਦ ਹੀ 4 ਮਹੀਨੇ ਬਾਅਦ ਆ ਜੀ, ਜੱਟ ਦਾ ਸਟੈਂਡ ਇਹੀ ਰਹੂਗਾ। ਸੋਹੀ ਸਾਹਿਬ, ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ, ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ, ਭਾਵੇਂ ਗੁੱਸਾ ਹੀ ਕਰ ਜੀ ਉਹ ਗੱਲ ਦਾ। ਬੋਦੀ ਮਰ ਜਾਏਗਾ ਮੇਰੇ ਹੱਥੋਂ। ਬਿੰਦਰ ਭੈਣ। ਹਾਂਜੀ ਵੀਰੇ। ਭੈਣੇ, ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ। ਫੇਰ? ਨਹੀਂ, ਮੈਂ ਤਾਂ ਉਹੀ ਦੱਸਿਆ ਹੈ ਬਈ ਚਾਹ ਬਹੁਤ ਸਵਾਦ ਬਣਾਉਂਦੇ ਹੋ ਤੁਸੀਂ। ਚਾਹ ਤਾਂ ਮੈਂ ਬਣਾ ਦਿੰਦੀ ਹਾਂ ਵੀਰੇ, ਪਰ ਤੁਸੀਂ ਚਾਹ ਘੱਟ ਪੀਆ ਕਰੋ, ਇਹਦੇ ਨਾਲ ਤਾਂ ਤੁਸੀਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ। ਚਾਹ ਤਾਂ ਮੈਂ ਬਣਾ ਦਿੰਦੀ ਹਾਂ, ਪਰ ਤੁਸੀਂ ਇੰਨੀ ਚਾਹ ਨਾ ਪੀਆ ਕਰੋ, ਇਹਦੇ ਨਾਲ ਤਾਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ। ਬੇ ਤੂੰ ਕਿਆ ਹੁਕਮ ਚਾੜਦਾ ਰਹਿਣਾ ਇਹਨੂੰ, ਇਹ ਤਾਂ ਪਹਿਲੇ ਨਹੀਂ ਰਾਮ ਨਾਲ ਬਹਿੰਦੀ। ਬਾਣੀ, ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ, ਤੂੰ ਆ ਕੱਪੜੇ ਕੁਪੜੇ ਧੋਣ ਦਾ ਕੰਮ ਨਾ ਕਰਿਆ ਕਰ, ਪੋਤੇ ਦੀ ਦਾਦੀ ਬਣਾਉਣਾ ਤੂੰ ਮੈਨੂੰ, ਪੋਤੇ ਦੀ। ਆ ਮੇਰੀ ਧੀ, ਆਰਾਮ ਕਰ ਲੈ, ਮੈਂ ਤਾਂ ਪੋਤੇ ਦਾ ਨਾਂ ਵੀ ਸੋਚ ਰੱਖਿਆ, ਕੁਲਤਾਰ ਰੱਖੂ, ਕੁੱਲ ਨੂੰ ਤਾਰੂ, ਪੀਰ ਦੀ ਸੁੱਖ ਸੁੱਖੀ ਹੈ, ਤੇ ਡੇਰੇ ਵਾਲੇ ਸਾਧ ਦੇ ਵੀ ਲੰਗਰ ਕਰਨਾ ਸੁੱਖ ਕੇ ਆਈ ਹਾਂ। ਪੀ ਜੀ, ਬੱਚਾ ਜੋ ਵੀ ਹੋਵੇ, ਕੁਦਰਤ ਦੀ ਦੇਣ, ਬੱਚਾ ਤੇ ਬੱਚਾ ਹੀ ਹੈ ਨਾ। ਕੁਦਰਤ ਦੀ ਐਸੀ ਦੀ ਤੈਸੀ, ਜੰਮਣਾ ਤਾਂ ਤੂੰ ਹੈ ਨਾ, ਨਾ ਮੈਂ ਨਹੀਂ ਜੰਮੇ ਦੋ ਸ਼ੇਰਾਂ ਵਰਗੇ। ਕੁੜੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ, ਸੋਚੇ ਵੀ ਮੁੰਡੇ ਤੇ ਜੰਮੇ ਵੀ ਮੁੰਡੇ। ਬੇ ਤੂੰ ਕੀ ਝਾਕਦਾ ਕੋਠੇ ਤੇ ਖੜਾ, ਪਾਪਾ ਤਾਂ ਤੁਰ ਗਿਆ ਤੇਰਾ ਪੋਤੇ ਨੂੰ ਤਰਸਦਾ, ਪਰ ਮੈਂ ਨਹੀਂ ਮਰਨਾ ਪੋਤਾ ਖੜਾਏ ਬਿਨਾ। ਕਹਦੇ ਇਹਨੂੰ, ਬੋਲ ਗੁਰਮੁਖਾ ਬੋਲ। ਗੁਰਮੁਖਾ, ਓ ਗੁਰਮੁਖਾ, ਕਿੱਥੇ ਦੀ ਟਿਕਟ ਕਟਾਈ ਹੋਈ ਹੈ? ਚਾਹ ਉੱਪਰ ਆਏ ਕਿ ਤੂੰ ਥੱਲੇ ਆਏਗਾ? ਮੈਂ ਆਉਣਾ ਜੀ। ਨਾਲੇ ਅੱਜ ਦੀ ਰੋਟੀ ਵੀ ਸਾਡੇ ਵੱਲ ਹੀ ਖਾ ਲਈ, ਬਿੰਦਰ ਨੇ ਸਾਗ ਤਰਿਆ ਹੋਇਆ ਜੀ। ਨਾਲੇ ਬਾਬੇ ਦੀ ਬਾਣੀ ਦੇ ਲੜ ਕਿੰਨੇ ਕੁ ਵਜੇ ਲੱਗਣਾ? ਬਾਣੀ ਦਾ ਲੜ ਤੇ ਹੁਣ ਕਦੇ ਛੱਡਿਆ ਹੀ ਨਹੀਂ ਜਾਣਾ ਜੀ। ਹੈ ਕੀ ਕਿਹਾ? ਮੈਂ ਕਿਹਾ ਜੀ ਮੈਂ ਖਾ ਲਾਂਗਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਲਿਖਦਾ ਕਿਹੜਾ ਕਿਹੜਾ ਮੇਰੀ ਜਾਨ ਦਾ ਦੁਸ਼ਮਣ? ਓਏ ਲਾਟਰੀ, ਇਹ ਚਿੱਠੀ ਤੈਨੂੰ ਨਹੀਂ ਆਈ? ਨਾ, ਕਿਸੇ ਦੀ ਚਿੱਠੀ ਪੜਨਾ ਬੇਈਮਾਨੀ। ਭਾਈ ਪੌਂਗ, ਤੁਸੀਂ ਦੱਸੋ ਹੁਣ ਕੀ ਕਰਾਂ ਮੈਂ? ਹੈ
ਸੌਂ ਜਾ। ਹੈ ਜੀ? ਸੌਂ ਜਾ। ਠੀਕ ਹੈ ਠੀਕ ਹੈ ਜੀ, ਗੁੱਡ ਨਾਈਟ। ਸਤਨਾਮ ਵਾਹਿਗੁਰੂ। ਪਤਾ ਨਹੀਂ ਕੌਣ ਲਿਖਦਾ ਚਿੱਠੀ ਨਾ। ਓਏ ਲਾਟਰੀ, ਸੌਂ ਜਾ, ਨਹੀਂ ਤਾਂ ਮੈਂ ਥੱਲੇ ਆ ਕੇ ਤੌੜੀ ਲਾ ਦੇਣੀ ਆ। ਸੌਂ ਜਾ ਬਾਈ। ਆ ਗੁਰਮੁਖ ਪਹਿਲਾਂ ਟਰਾਂਸਪੋਰਟ ਮਹਿਕਮੇ 'ਚ ਕੰਮ ਕਰਦਾ ਸੀ। ਕਿਉਂ, ਕੀ ਹੋਇਆ? ਆ ਵੇਖੋ ਨਾ, ਕਦੇ ਟ੍ਰੇਨ ਬਣ ਜਾਂਦਾ, ਕਦੇ ਬੱਸ ਬਣ ਜਾਂਦਾ। ਵੈਸੇ ਨੀਤੂ ਮੈਡਮ ਇਹ ਹੈ ਕੀ? ਭੁੱਲਰ ਸਰ, ਮੈਨੂੰ ਤਾਂ ਇਹ ਜਮਾ ਹੀ ਮੈਂਟਲ ਲੱਗਦਾ। ਉਹ ਸਰ ਜੀ, ਹੁਣ ਦਾ ਸੌਦਾ ਪੁੱਤਾ ਵੱਧ ਲੱਗਣ ਲੱਗ ਗਿਆ। ਜਦੋਂ ਦੇ ਨਵੇਂ ਸਾਰ ਆਏ ਨੇ, ਜਵਾਕਾਂ ਦੀ ਹਾਜ਼ਰੀ ਵੀ ਵੱਧ ਗਈ। ਹੁਣ ਨਾ ਤੁਸੀਂ ਚੌਲਾ ਚੌਲਾ 'ਚ ਕੁੰਡੀ ਘੱਟ ਲਾਇਆ ਕਰੋ ਜੀ। ਤਾਂ ਇੱਥੋਂ ਹੌਲੀ ਨਹੀਂ ਭੁੱਲ ਹੁੰਦਾ? ਕੁੰਡੀ ਘੱਟ ਲਾਇਆ ਕਰੋ, ਕੁੰਡੀ ਘੱਟ ਲਾਇਆ ਕਰੋ। ਮੈਡਮ, ਮੈਂ 2 ਮਿੰਟ ਤੱਕ ਚੌਂਕ 'ਤੇ ਜਾ ਕੇ ਆਇਆ, ਬਸ ਮੈਂ ਕਿਹਾ ਅਤੇ ਆਇਆ। ਤੁਸੀਂ ਜਦ ਤੱਕ ਟ੍ਰੇਨ ਨੂੰ ਝੰਡੀ ਦਿਓ, ਕੁੰਡੀ ਨਾ ਲਾਇਆ ਕਰੋ। ਚਲੋ ਜੀ, ਹੁਣ ਤਾਂ ਰੋਟੀ ਖਾਣ ਵਾਲੇ ਆਉਣਗੇ ਜੀ। ਬਸ ਬਸ ਬਸ, ਸਟਾਪ 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 ਸਟਾਪ। ਅੱਛਾ ਬੱਚਿਓ, ਕੱਲ੍ਹ ਮੈਨੂੰ ਪਤਾ ਐਤਵਾਰ ਹੈ, ਠੀਕ ਹੈ ਨਾ? ਛੁੱਟੀ ਤਾਂ ਦੇਣਾ, ਪਰ ਤੁਸੀਂ ਸਾਰਿਆਂ ਨੇ ਕੁਝ ਘੰਟੇ ਕੱਢਣੇ ਆ ਬਗੀਚੇ ਵਾਸਤੇ। ਆਓਗੇ ਸਾਰੇ? ਅਸੀਂ ਨਹੀਂ ਆਉਣਾ ਸਰ ਜੀ। ਕਿਉਂ? ਫਿਰ ਸਾਰਾ ਪਿੰਡ ਹੀ ਜਾਂਦਾ ਸਰ ਜੀ। ਅੱਛਾ, ਸਾਰਾ ਪਿੰਡ ਜਾਂਦਾ? ਹਾਂ ਜੀ। ਫਿਰ ਤੁਸੀਂ ਕਿਉਂ ਨਹੀਂ ਜਾਣਾ? ਤੁਸੀਂ ਵੀ ਜਾਓ ਸਾਰੇ। ਥੈਂਕ ਯੂ ਸਰ ਜੀ। ਸਰ, ਮੈਂ ਆ ਜਾਊਂਗਾ ਜੀ ਸਕੂਲੇ। ਕਿਉਂ ਪੁੱਤ, ਤੂੰ ਨਹੀਂ ਜਾਣਾ ਮੇਲੇ? ਇਹ ਕਿਹਦੇ ਨਾਲ ਜਾਊਗਾ ਸਰ ਜੀ? ਇਹਦੀ ਮੰਮੀ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ, ਤੇ ਇਹਦਾ ਡੈਡੀ ਇਹਨਾਂ ਛੱਡ ਕੇ ਭੱਜ ਗਿਆ। ਨਹੀਂ ਭੱਜੇ ਡੈਡੀ ਮੇਰੇ, ਨਹੀਂ ਭੱਜੇ। ਮੇਰੀ ਮੰਮੀ ਕਹਿੰਦੀ ਹੈ ਮੇਰਾ ਡੈਡੀ ਪੱਕਾ ਆਊਗਾ, ਪੱਕਾ ਆਊਗਾ ਮੇਰਾ ਡੈਡੀ। ਸਰ ਜੀ, ਤੁਸੀਂ ਵੀ ਦੇਖ ਲਿਓ, ਪੱਕਾ ਆਊਗਾ ਮੇਰਾ ਡੈਡੀ। ਜਾਓ ਬੱਚਿਓ। ਤੁਹਾਨੂੰ ਬਾਣੀ ਦਾ ਗਿਆਨ ਹੋ ਗਿਆ ਨਾ, ਉਸ ਦਿਨ ਬਹੁਤ ਸਾਰੇ ਸਵਾਲ ਹੱਲ ਹੋ ਜਾਣੇ। ਅੱਛਾ ਜੀ। ਹਾਂਜੀ ਹਾਂ। ਨਾ ਜੀ ਨਾ, ਸਵਾਲ ਤਾਂ ਉਦੋਂ ਹੱਲ ਹੋਣਗੇ ਜਦੋਂ ਪੋਤਾ ਹੋਊ। ਅੱਜ ਹੀ ਦੋਨੇ ਜਣੇ ਸ਼ਹਿਰ ਜਾਓ ਤੇ ਟੈਸਟ ਕਰਵਾ ਕੇ ਆਓ। ਡਾਕਟਰ ਨੇ ਨਾ ਸਾਰੀ ਗੱਲ ਹੋ ਗਈ ਹੈ, ਟੈਸਟ ਤਾਂ ਹੋਊ ਹੀ ਹੋਊ, ਜੇ ਕੁੜੀ ਹੋਈ ਤਾਂ ਸਫਾਈ ਵੀ ਹੋਊ। ਬੇਬੇ, ਨਾ 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 ਨਾ, ਬੋਲਣਾ ਨਹੀਂ, ਸਿਰਫ ਸਮਝਣਾ ਤੇ ਅਮਲ ਕਰਨਾ। ਸਮਝ ਗਏ ਦੋਵੇਂ ਜੀ? ਬੇਬੇ ਬੇਬੇ ਬੇਬੇ। ਮਾਸਟਰ ਜੀ, ਮਾਸਟਰ ਜੀ। ਹਾਂਜੀ ਹਾਂਜੀ। ਕੀ ਬਾਤ, ਸੁੱਖ ਤਾਂ ਹੈ? ਹਾਂਜੀ ਹਾਂਜੀ, ਸੁੱਖ ਹੈ ਜੀ। ਇਧਰ ਆਓ, ਆਓ ਇਧਰ ਬੈਠੋ। ਮਾਫੀ ਚਾਹੁੰਦਾ ਸੂਬੇਦਾਰ ਸਾਹਿਬ, ਪਤਾ ਨਹੀਂ ਆਪਣੇ ਕਿਹੜੇ ਖਿਆਲਾਂ ਦੇ ਵਹਿਣਾ 'ਚ ਬਹਿ ਗਿਆ ਸੀ, ਤੁਹਾਨੂੰ ਸੁਣ ਹੀ ਨਹੀਂ ਸਕਿਆ। ਮਾਸਟਰ ਜੀ, ਕਈ ਗੱਲਾਂ, ਕਈ ਦੁੱਖ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹੈ ਜੋ ਬੰਦੇ ਤੋਂ ਉਹਦਾ ਆਪਾ ਖੋਲ ਲੈਂਦੀਆਂ ਹੈ।
ਇਹ ਮੇਰੀ ਬੇਟੀ ਬਿੰਦਰ ਕਿਸੇ ਟਾਈਮ ਚੁੱਪ ਹੀ ਨਹੀਂ ਸੀ ਰਹਿੰਦੀ ਮੈਂ ਉਹਨੂੰ ਰੇਡੀਓ ਕਹਿੰਦਾ ਹੁੰਦਾ ਸੀਗਾ ਹੁਣ ਦੇਖ ਲਓ ਹਾਲਾਤ ਨੇ ਐਸਾ ਮਿਊਟ ਦਾ ਬਟਨ ਦੱਬਿਆ ਹੈ ਕਿ ਮੇਰੀ ਬੇਟੀ ਮਿੱਟੀ ਦੀ ਗੁੱਡੀ ਬਣ ਕੇ ਰਹਿ ਗਈ ਹੈ ਸੁੱਖੀ ਬਿੰਦਰ ਦੇ ਘਰ ਵਾਲਾ ਜਦੋਂ ਇਹ ਰਾਗ ਗਿਆ ਹੈ ਬਹੁਤ ਖੁਸ਼ ਸੀ ਤੀਸਰੇ ਦਿਨ ਉਹਦਾ ਫੋਨ ਆ ਜਾਣਾ ਬੜੀ ਖੁਸ਼ੀ ਦੇ ਦਿਨ ਨਿਕਲੇ ਉਹ ਅੱਜ ਆਉਂਦਾ ਹੈ ਕੱਲ੍ਹ ਆਉਂਦਾ ਹੈ ਕਹਿੰਦੇ ਨੇ ਕਈ ਸਾਲ ਲੰਘਾ ਦਿੱਤੇ ਪਰ ਉਹ ਆਇਆ ਨਹੀਂ ਮੁੜ ਕੇ ਹੁਣ ਤਾਂ 10 ਕੁ ਮਹੀਨੇ ਹੋ ਗਏ ਹੈ ਨਾ ਉਹਦਾ ਕੋਈ ਫੋਨ ਆਇਆ ਨਾ ਕੋਈ ਚਿੱਠੀ ਪੱਤਰ ਕੋਈ ਕਹਿੰਦਾ ਹੈ ਉਹ ਅਮਰੀਕਾ ਨੂੰ ਨਿਕਲ ਗਿਆ ਹੈ ਕੋਈ ਕਹਿੰਦਾ ਇਰਾਕ 'ਚ ਅੱਤਵਾਦੀ ਹੈ ਪਤਾ ਹੀ ਨਹੀਂ ਲੱਗਦਾ ਸਮਝੀ ਨਹੀਂ ਪੈਂਦੀ ਸੂਬੇਦਾਰ ਸਾਹਿਬ ਘਬਰਾਹਟ ਤਾਂ ਹੁੰਦੀ ਹੈ ਫਿਰ ਬੰਦੇ ਨੂੰ ਕੁਝ ਮਾੜਾ ਸੋਚ ਕੇ ਬਰਖੁਰਦਾਰ ਫੌਜੀ ਹਾਂ ਘਬਰਾਹਟ ਤਾਂ ਕਦੇ ਕਾਤਰ ਦੀ ਜੰਗ 'ਚ ਨਹੀਂ ਹੋਈ ਮੈਨੂੰ ਜਿੱਥੇ ਇਹ ਸੀਨਾ ਛੱਲੀ ਹੋ ਸਕਦਾ ਸੀ ਧੀ ਦਾ ਬਿਨਾਂ ਕਲੇਜਾ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਬਿੰਦਰ ਮੇਰੇ ਸਾਹਮਣੇ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ ਪਰ ਮੈਂ ਜਾਣਦਾ ਕਿ ਜਿੰਨੀ ਉਹ ਸ਼ਾਂਤ ਦਿਸਦੀ ਹੈ ਉਹਨੀ ਹੈ ਨਹੀਂ ਮਾਸਟਰ ਜੀ ਮੈਂ ਪਿਓ ਹੈ ਉਹਦਾ ਜਾਣਦਾ ਸਭ ਕੁਝ ਕਿਵੇਂ ਲੁਕ ਲੁਕ ਰੋਂਦੀ ਹੈ ਉਹ ਸੁੱਖੀ ਸੁੱਖੀ ਮੁੱਕ ਗਿਆ ਉਵੇਂ ਤਾਂ ਰੱਬ ਦਾ ਪਾੜਾ ਹੈ ਧੋਖਾ ਬਰਦਾਸ਼ਤ ਨਹੀਂ ਹੋਣਾ ਮੇਰੀ ਧੀ ਤੋਂ ਤੁਸੀਂ ਏਦਾਂ ਕਰਦੇ ਚੰਗੇ ਨਹੀਂ ਲੱਗਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ ਜਦੋਂ ਬਾਬਾ ਜੀ ਨੂੰ ਕੂੜੇ 'ਚ ਪਿਆ ਲੱਭਿਆ ਸੀ ਕੋਈ ਕੂੜੇ ਸਿੱਟ ਗਿਆ ਸੀ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਮਾਂ ਬਾਪ ਕੌਣ ਨੇ ਬਸ ਇੰਨਾ ਪਤਾ ਵੀ ਬਾਬਾ ਜੀ ਚਿੱਠੀਆਂ ਵੰਡਣ ਗਏ ਸੀ ਤੇ ਮੈਂ ਉਹਨਾਂ ਨੂੰ ਲੱਭ ਗਿਆ ਸੀ ਇਹਦਾ ਪਾਪਾ ਛੜਾ ਸੀ ਜੀ ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫਤੋਂ ਮੁਫਤੀ ਤੇ ਨਾ ਧਰਤਾ ਲਾਟਰੀ ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ ਜਿਹਨੂੰ ਆਈ ਨਹੀਂ ਪਤਾ ਵੀ ਉਹਦਾ ਧਰਮ ਕੀ ਹੈ ਗੋਦ ਕੀ ਹੈ ਜਾਤ ਕੀ ਹੈ ਲਾਟਰੀ ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ ਮਾਨਸ ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ ਮਾਨਸ ਕੀ ਜਾਤ ਸਭ ਹੈ ਕੇ ਪਹਿਚਾਨ ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ
ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਵੀ ਤੈਨੂੰ ਕੂੜੇ ਚ ਕੋਈ ਚੱਕ ਲਿਆ ਸੀ? ਰੱਬ ਦਾ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫੇਰ ਪੁੱਛਾਂ ਉਹਦੀ ਜ਼ਾਤ ਕੀ ਹੈ। ਬੈਂਕਾਂ ਵਾਲੇ ਜਮ ਤੂੰ ਤਾਂ ਮੈਨੂੰ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ। ਇੱਕ ਤਾਂ ਜਿਹੜੇ ਸਿਰਫ ਸੋਚਦੇ ਆ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਆ ਵੀ ਆਹ ਮੈਂ ਕੀ ਕੀਤਾ। ਮਾਸਟਰ, ਹੁਣ ਮੈਂ ਤੂੰ ਗਲਾਵੇਂ ਜਿੱਤ ਨਾ ਬੋਲੀ। ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ, ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ, ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ। ਟਰੈਕਟਰ ਨਹੀਂ, ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ, ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ, ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ, ਚੋਗ ਤਾਂ ਉਹ ਦੇ ਹੀ ਦਿੰਦਾ। ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ਼ ਕਰ ਦਿਓ। ਮਾਫ਼ ਮੂਫ ਨਹੀਂ ਕਰਦਾ ਕਿਸੇ ਨੂੰ। ਅੱਜ ਫਿਰ ਕਿਸੇ ਦਾ ਬੇੜਾ ਬੈਠਾ, ਉਹ ਮੇਰੀ ਲੋਈ ਸਮੇਤ ਕੋ ਸਕੂਟਰ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕੇ ਖਿਲਾ ਰਿਹਾ ਸੀ ਵੀ ਕੋਈ ਚੋਰੀ ਨਾ ਕਰ ਲੈ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਮੇਰੇ ਹੁੰਦਿਆਂ ਤੇਰੇ ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ? ਮੈਂ ਲੱਭ ਕੇ ਦੇਊਂ ਤੇਰਾ ਵੀਰ, ਸੱਚਾ ਵੀਰ ਸੱਚੇ, ਪਰ ਰੁਪਿਆ 200 ਲੱਗੂ। ਹੈਂਗਰ ਜ਼ਿੰਦਾਬਾਦ ਨਹੀਂ, ਹੈਂਗਰ ਮੁਰਦਾਬਾਦ। ਕਿਉਂਕਿ ਹੈਂਗਰ ਔਰ ਲਾਟਰੀ ਹੈ ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ। ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ, ਫਿਰ ਉਹੀ ਲਭਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਆ। ਔਰ ਪਿੱਛੇ ਖੜਿਆ ਸਕੂਟਰ ਤੇਰਾ, ਠੀਕ ਹੈ? ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ, ਹੈਂਗਰ ਤੇ ਲਾਟਰੀ ਮੁਰਦਾਬਾਦ। ਉਹ ਸੌਰੀ ਯਾਰ, ਸੌਰੀ। ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ, ਮੈਂ ਉਹਨਾਂ ਨਾਲ ਚਲਾ ਜਾਵਾਂ। ਉਹ ਬੋਲੋ ਮਹਾਰਾਜ ਕੁਛ। ਤੇਰੀ ਖੁਸ਼ ਲਈ ਤੇ ਮੈਂ ਚਾਹੁੰਦੀ ਹਾਂ। ਅੱਛਾ, ਫਿਰ ਮਿੱਠੂ ਜੜ ਦਾ ਕੁੜਤਾ ਪਜਾਮਾ ਕੱਢ ਦਿਓ, ਮੈਂ ਆਇਆ ਨਹਾ ਕੇ। ਆਜਾ ਆਜਾ ਸਰ ਜੀ, ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ। ਲੈ ਆਪੋ ਤੋਂ 2 ਕਿਲੋਮੀਟਰ ਦੂਰ ਤਾਂ ਮੇਲ ਹੈ ਸਾਰਾ ਆਪਣੇ ਪਿੰਡ ਤੋਂ, ਹਨ 1/2 ਕਿਲੋਮੀਟਰ ਆਪਾਂ ਆ ਵੀ ਗਏ। ਕਿਉਂ ਥੱਕਿਆ ਤੂੰ? ਓਹੋ ਸਰ ਜੀ, ਗੱਲ ਥੱਕਣ ਦੀ ਨਹੀਂ ਆ, ਮਿੱਠੂ ਜੱਟ ਦੀ ਟੌਰ ਖਰਾਬ ਹੁੰਦੀ ਆ ਤੇ ਆ ਡਸਟ ਵਾਲਾ ਪਾਊਡਰ ਫ੍ਰੀ ਚ ਮੇਕਅਪ ਕਰੀ ਜਾਂਦਾ। ਸਮਝਿਆ ਕਰੀਦਾ ਨਾ, ਟ੍ਰਾਈ ਟੂ ਅੰਡਰਸਟੈਂਡ। ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ। ਸਰ ਜੀ ਦੇਖੋ, ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ, ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ। ਨਾ ਪੁੱਤ, ਆਜੂ ਡੈਡੀ ਵੀ, ਤੇਰੀ ਗੱਲ ਚੱਲ ਤਾਂ ਰਹੀ ਹੈ ਬਾਬਾ ਜੀ ਨਾਲ, ਹਨਾ? ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ। ਵੈਸੇ ਸਰ ਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਆ? ਮੇਰੇ ਡੈਡੀ ਦੀ ਨਾ ਪੁੱਤ, ਬਾਬਾ ਜੀ ਕੋਲ ਪੱਕੀ ਡਿਊਟੀ ਲੱਗੀ ਹੋਈ ਹੈ। ਅੱਛਾ,
ਇਹਦਾ ਮਤਲਬ ਤੁਹਾਡੇ ਡੈਡੀ ਜੀ ਦੀ ਯੈਸ ਹੋ ਗਈ। ਯੈਸ ਨਹੀਂ ਪੁੱਤ, ਡੈਥ ਹੋ ਗਈ ਉਹਨਾਂ ਦੀ। ਡੈਥ ਕਹਿੰਦੇ ਹੋ? ਸਰ ਜੀ ਬੈਡ ਸ਼ਬਦ ਆ, ਮੈਂ ਹਜੇ ਸ਼ਬਦ ਨਾ ਯੂਜ਼ ਨਹੀਂ ਕਰਦਾ। ਵੈਸੇ ਸਰ ਜੀ ਤੁਸੀਂ ਆਪਦੇ ਡੈਡੀ ਜੀ ਨਾਲ ਮੇਲਾ ਦੇਖਣ ਜਾਂਦੇ ਸੀ? ਮੈਂ ਤਾਂ ਪੁੱਤ ਮੇਲਾ ਹੀ ਆਪਣੇ ਡੈਡੀ ਜੀ ਦੇ ਨਾਲ ਦੇਖਣ ਜਾਂਦਾ ਹੁੰਦਾ ਸੀ। ਡੈਡੀ ਦੇ ਕਨੇੜੇ ਚੜ ਕੇ ਮੇਲਾ ਦੇਖਣ ਜਾਣਾ। ਮੇਲਾ ਏਡਾ ਵੱਡਾ ਦਿਸਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ। ਉੱਥੇ ਚੰਡੋਲ ਝੂਟਣੀ, ਉੱਥੇ ਪਕੌੜੇ ਖਾਣੇ, ਕੁਲਫਾ ਖਾਣਾ, ਡੈਡੀ ਜੀ ਆਹ ਲੈ ਦੋ, ਡੈਡੀ ਜੀ ਆਹ ਲੈ ਦੋ। ਤੈਨੂੰ ਪਤਾ ਡੈਡ ਕੀ ਹੋਇਆ? ਮਿੱਠੂ ਰੁਕ ਗਿਆ, ਮੇਲੇ ਨਹੀਂ ਜਾਣਾ? ਸਰ ਜੀ ਮੈਂ ਮੇਲਾ ਨਹੀਂ ਦੇਖਣਾ। ਕਿਉਂ? ਹੁਣ ਤਾਂ ਮੈਂ ਮੇਲਾ ਕਨੇੜੇ ਚੜ ਕੇ ਦੇਖੂ। ਆ ਜਾ ਪੁੱਤ ਮੇਰਾ, ਫਿਰ ਆ ਜਾ, ਬਹਿ ਜਾ ਕਨੇੜੇ ਆ। ਤੁਹਾਡੇ ਨਹੀਂ ਸਰ ਜੀ, ਆਪਦੇ ਡੈਡੀ ਦੇ। ਇਹ ਗੱਲ ਮਿੱਠੂ ਦੀ ਪੱਕੀ ਆ, ਕੱਚੀ ਨਹੀਂ। ਮਿੱਠੂ, 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 ਬਾਬਾ ਜੀ ਡੈਡੀ ਤਾਂ ਮੇਰੇ ਹੈਗੇ ਆ, ਹੈਗੇ ਆ ਨਾ, ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦੋ। ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ, ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦੋ। ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਾ ਕੱਟੀ ਹੋ ਜਾਣੀ ਆ। ਰਾਤ ਨਾ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਹਾਂ। ਹਾਏ ਮੇਰਾ ਬਸ ਸਿਰਾ ਫੀਲਿੰਗ। ਫੇਰ ਬਈ ਫੇਰ ਕੀ, ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ। ਫਿਰ ਅਖੀਰਲਾ ਲੜ ਤਾਂ ਵਾਲਾ ਔਖਾ ਲੱਗਿਆ ਹੋਊਗਾ ਨਾ, ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂਗੇ ਪੱਗ ਸੈੱਟ ਕਰਾਉਣਾ। ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ 'ਤੇ ਜਾਣਾ ਅਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ 'ਚ ਲੈਣ। ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ, ਫਿਰ ਲੋਕ ਹੀ ਵਿਕਾਸ ਆਇਆ ਕਰਨਗੇ, ਫੋਟੋਆਂ ਕਰਾਉਣ ਵਾਲੇ, ਸ਼ੋਅ ਬੁੱਕ ਕਰਨ ਵਾਲੇ। ਨਾਲੇ ਆਹ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਨਾ, ਇਹ 80 ਦਾ ਪਿੰਡ ਵੱਜਿਆ ਕਰੂਗਾ, ਦੇਖੀ ਜਾਈ ਤੂੰ। ਹਲੇ ਗੱਲਾਂ ਹੀ ਨੇ, ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ? ਉਹ ਬੁਲਾਇਆ ਸੀ ਯਾਰ ਇੱਕ ਨੇ, ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ, 20 ਲੱਖ ਲੱਗੂ, ਕੱਢ ਦਿੰਦੇ ਆ ਸੀਡੀ। ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ? ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ। ਉਹ ਲੈ ਉਹ ਲੀ ਤੇ ਤਾਂ ਆ ਗਈ ਸਮਝੋ, ਆਹ ਕਦੇ ਫਾਰਚੂਨਰ, ਆਹ ਕਦੇ ਮਰਸੈਡੀ, ਆਹ ਕਦੇ BMW। ਪਿੰਕੂ
ਕਰ ਵੱਡੀ ਆ ਤੇਰੇ ਤੋਂ। ਸਾਬੀ ਲਾਓ ਇਹਦੀ ਕਲਾਸ, ਬਾਕੀ ਭੈਣ ਦੀ ਰੱਖੜੀ ਦਾ ਕਰਜ਼ਾ ਮੈਂ ਲਾਉਣਾ। ਚੱਲ ਜ਼ੁਬਾਨ ਨਹੀਂ ਖੋਲਣੀ, ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਦ ਬਣਾ ਸਕਦਾ ਹੈ, ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ। ਜੇ ਉਹ ਸਰਾਹ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫ਼ਨ ਕਰਕੇ ਰੱਖ ਦੂੰਗਾ। ਔਰ ਇੱਕ ਗੱਲ ਹੋਰ, ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ। ਡੈਡੇ ਦਾ ਕਾਲਜ ਖਤਮ, ਬਹੁਤ ਹੋ ਗਿਆ ਪੜ੍ਹਾਈਆਂ, ਹੁਣ ਇਹਨੂੰ ਸਿਰਫ ਇੱਕ ਡਿਗਰੀ ਮਿਲੋ ਵਿਆਹ ਦੀ। ਅਸੀਂ ਜਿਉਂਦੀ ਹੈ ਮਰੀ ਨਹੀਂ, ਬਾਪ ਆ ਮੈਂ ਉਹਦਾ। ਨਹੀਂ ਦੁਸ਼ਮਣ ਹੈ ਤੂੰ, ਸਾਡਾ ਵੀ ਤੇ ਆਪਣੇ ਆਪ ਦਾ ਵੀ। ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਓ ਤੈਨੂੰ, ਪਿੰਡ 'ਚ ਪੋਰਾ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ 'ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਰੇ ਤੋਂ। ਜਿੱਦਣ ਤੂੰ ਮਰੇਗਾ ਨਾ CM ਆਊਗਾ, CM। ਜਦੋਂ ਪਰਛਾਵਾਂ ਕੱਦ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ। ਧੀਏ ਇੱਕ ਖੂਹ ਤੇ ਇੱਕ ਆਸ਼ਿਕ, ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ। ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ। ਇਸ਼ਕ ਤਾਂ ਵੀ ਡਾਢਾ ਹੀ ਔਖਾ। ਆ ਤੂੰ ਵੀ ਤੇ ਵੇਖ ਲੈ ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ, ਚੰਗਾ ਸ਼ਿੰਗਾਰਿਆ ਅਗਲਿਆਂ ਨੇ। ਜੱਟ ਕਨੀ ਦਾ ਝਾਕ ਦੇ ਵੀ ਲੋਕੀ ਪੁੱਛ ਕੇ ਆ, ਹੱਥ ਕਿਹੜਾ ਲਾਜੂ, ਖਿਲਾਰ ਕਿਹੜੀ ਰੱਖ ਦੂੰ। ਆਇਆ ਵੱਡਾ ਹੈ ਦੇਖ ਵੀ ਕਾਕਾ, ਇੱਕ ਤਾਂ ਨਸ਼ੇੜੀ, ਉੱਤੋਂ ਕੁੜੀ ਦੇ ਭਾਈ, ਕੁੱਟਿਆ ਬਹੁਤ ਬਿਕਰ ਖੋ ਕੇ ਉਹਨਾਂ ਨੇ। ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ। ਗੱਲ ਸੁਣ, ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ, ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ, ਤੇ ਫਿਰ ਤੂੰ ਤੇ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ? ਯਾਰ ਮੈਂ ਤੇ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ, ਤੇ ਜਦੋਂ ਇੱਕ ਦੂਜੇ ਨੂੰ ਚਾਹੁਣ ਲੱਗ ਪਏ ਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਉ। ਹੱਦ ਹੈ ਯਾਰ, ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜਾਊ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ, ਇਹ ਤਾਂ ਫਿਰ ਮੋਹ ਦਾ ਰਿਸ਼ਤਾ ਯਾਰ, ਇਹ ਕਿਵੇਂ ਟੁੱਟ ਜੂ? ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ। ਹਾਂ ਉਹ ਇਸ਼ਕ ਹੈ ਕੋਈ ਡੀ ਜਿਹਾ ਗਾਣਾ ਥੋੜ੍ਹੀ ਆ ਵੀ ਘੜੀ ਕੁ ਨੱਚ ਲਏ ਭੁੱਲ ਗਏ ਬਾਅਦ 'ਚ। ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ, ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਾਈ। ਠੀਕ ਹੈ, ਬਾਕੀ ਫਿਰ ਰੱਬ ਮੰਨ ਲੈਂਦਾ ਹੁੰਦਾ। ਮਹਾਰਾਜ ਕਹਿੰਦੇ ਆ ਨਾ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸੱਚਿਆਈ 'ਤੇ ਕਾਇਮ ਰਹੀਦਾ ਬਸ ਜਵਾਨਾ,
ਮਿਲਦੇ ਹਾਂ। ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ, ਇੱਥੋਂ ਦਿਲ ਨਾਲ ਕਰਨਾ, ਉਮੀਦ ਨਾਲ ਕਰਨਾ, ਮਜ਼ਬੂਤ ਇਰਾਦੇ ਦੇ ਨਾਲ ਕਰਨਾ, ਪੂਰੇ ਚਾਅ ਨਾਲ ਕਰਨਾ, ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ। ਇੱਕ ਵਾਰੀ ਇੱਕ ਬੰਦਾ ਨਾ ਮਿੱਟੀ ਦਾ ਖਡੌਣਾ ਲੈ ਕੇ ਬਹਿ ਗਿਆ, ਲੱਗ ਪਿਆ ਉਹਦੀਆਂ ਮਿੰਨਤਾਂ ਕਰਨ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਸ਼ਾਮ ਨੂੰ ਜਾ ਕੇ ਅੱਕ ਗਿਆ, ਥੱਕ ਗਿਆ, ਦੁਖੀ ਹੋ ਕੇ ਕਹਿੰਦਾ ਉਹ ਸਹੁਰਿਆ ਸੋਨੇ ਦਾ ਨਹੀਂ ਹੋਣਾ, ਤਾਂਬੇ ਦਾ ਹੀ ਹੋ ਜਾ। ਉਦੋਂ ਕਿਤੇ ਕੁਦਰਤ ਨੇੜੇ ਹੋ ਕੇ ਸੁਣਦੀ ਸੀ, ਝੱਟ ਦੇਣੀ ਉਹ ਖਡੌਣਾ ਤਾਂਬੇ ਦਾ ਹੋ ਗਿਆ। ਫਿਰ ਲੱਗ ਪਿਆ ਪਛਤਾਉਣ ਮੱਥੇ 'ਤੇ ਹੱਥ ਰੱਖ ਕੇ, ਵੀ ਆਹ ਕੀ ਕਰ ਬੈਠਾ ਮੈਂ, ਬਈ ਮੈਂ ਤਾਂ ਆਹੀ ਕਹੀ ਜਾਂਦਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਤਾਂ ਹੁਣ ਸੋਨੇ ਦਾ ਹੋ ਜਾਣਾ ਸੀ। ਸੋ ਉਹਦਾ ਨੁਕਸਾਨ ਕਿੱਥੇ ਹੋਇਆ ਪੁੱਤ? ਜਿੱਥੇ ਉਹਦਾ ਇਰਾਦਾ ਢਿੱਲਾ ਪੈ ਗਿਆ। ਠੀਕ ਹੈ, ਸੋ ਬੱਚਿਓ ਇਰਾਦਾ ਢਿੱਲਾ ਨਹੀਂ ਪੈਣਾ। ਵੈਰੀ ਗੁੱਡ, ਹੁਣ ਬਾਕੀ ਕਲਾਸ ਆਪਾਂ ਬਾਹਰ ਲਾਉਣੀ ਹੈ। ਠੀਕ ਹੈ, ਚਲੋ 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 ਚਲੋ। ਕਿੱਦਾਂ ਮਾਸਟਰ ਜੀ? ਬੜੀ ਮਿਹਰਬਾਨੀ ਸਰ, ਤੁਸੀਂ ਦੱਸੋ ਜੀ, ਰਿਟਾਇਰਮੈਂਟ ਤੋਂ ਬਾਅਦ ਕਿਤੇ ਕੋਈ ਡੇਰਾ ਡੂਰਾ ਖੋਲਣ ਦਾ ਇਰਾਦਾ ਤਾਂ ਨਹੀਂ? ਸਕੂਲ ਨੂੰ ਸਕੂਲ ਹੀ ਰਹਿੰਦੇ ਹੋ ਬਾਬਿਓ। ਆ ਮੈਂ ਜ਼ਰਾ 2 ਮਿੰਟ ਆਇਆ, ਕਮੇਟੀ ਦੀ ਬੋਲੀ ਹੈ, ਧਿਆਨ ਰੱਖਿਓ ਮੇਰੀ ਕਲਾਸ ਦਾ, ਬੜੀ ਖੱਪ ਪਾਉਂਦੇ ਆ, ਮੈਂ ਬਸ ਗਿਆ ਤੇ ਆਇਆ। ਤੇਰਾ ਲਿਖਿਆ ਵਿਅਰਥ ਨਹੀਂ ਜਾਊਗਾ ਪੁੱਤ। ਲਾਟਰੀ, ਲਾਟਰੀ ਦਾ ਤੇਰਾ ਛੋਟਾ ਨਾਮ ਹੋਇਆ, ਵੱਡਾ ਨਾਮ ਕੀ ਹੈ ਤੇਰਾ? ਲਾਟਰੀ। ਅੱਛਾ, ਇਹ ਹੋਏ ਕੀ ਹੋਇਆ ਬਈ? ਓਏ ਸਾਡਾ ਗੋਤ ਹੈ ਜੀ। ਹੈਂਗਰ? ਹਾਂ ਜੀ। ਤੂੰ ਇੱਥੇ ਧਰਤੀ ਦੇ ਗੇੜੇ ਦੇ ਦੇ ਕੇ ਕਿਹੜੀਆਂ ਗਿਣਤੀਆਂ ਮਿੰਤੀਆਂ 'ਚ ਪਿਆ? ਚਾਹ ਨਹੀਂ ਪਿਆਉਣੀ ਅੱਜ ਬਾਈ? ਉਹ ਪਿਆ ਦਿੰਦੇ ਆ ਮਾਸਟਰ ਜੀ, ਇੱਧਰ ਖੰਡ ਵਾਲਾ ਡੱਬਾ ਗਵਾਚ ਗਿਆ। ਲੱਭ ਦਿੰਦੇ ਆ, ਪਰ ਰੁਪਈਆ 100 ਲੱਗੂ। ਖੜ ਜਾ, ਕਿਰੋਂ ਵੱਡਿਆ ਸੱਪਾ, ਤੇਰੀ ਮਿਹਦਾ ਸਰੀਮ। ਉਹ ਬੱਲੇ, ਹੈਂਗਰ ਦਾ ਕੁੱਤਾ ਹੈਂਗਰ ਨਹੀਂ ਬਹੁ ਬਹੁ, ਹੁਣ ਬੜਾ ਟੱਪਦਾ ਹੈ, ਦੁੱਖ ਲੱਗਿਆ ਆਪਦੀ ਯਾਰੀ? ਦੇਖੋ ਜੀ, ਜਦੋਂ ਆਪਣੇ ਡੰਗ ਵੱਜਦਾ ਤਕਲੀਫ ਤਾਂ ਉਦੋਂ ਹੀ ਹੁੰਦੀ ਹੈ। ਸੱਪ, ਹਾਂਜੀ, ਦੇ ਵੀ ਖੰਡ ਵਾਲਾ ਡੱਬਾ ਹੈਂਗਰ ਦਾ। ਲੈ ਬਈ ਚੱਕ ਡੱਬਾ, ਅੱਜ 1 ਕੱਪ ਨਹੀਂ 2 ਕੱਪ ਚਾਹ ਦੇ ਬਣਾ ਕੇ ਲਿਆ। ਠੀਕ ਆ, ਮਤਲਬ? ਮਤਲਬ ਕੀ? ਮਾਡਰ ਵਾਰਡ ਪੜਾ ਗਿਆ ਆਪਾਂ ਨੂੰ, ਕੋਈ ਨਾ ਆਪਣੀ ਵਾਰੀ ਵੀ ਆਊ ਕਦੇ। ਲਾਟਰੀ, ਹਾਂਜੀ, ਵਾਰੀ ਤਾਂ ਤੇਰੀ ਮਿੱਤਰ ਪਿਆਰਿਆ ਬਹੁਤ ਸੋਹਣੀ ਆਉਣ ਵਾਲੀ ਹੈ। ਕਿਵੇਂ? ਉਹ ਜਿਹੜਾ ਸਤਨਾਮ ਵਾਹਿਗੁਰੂ ਨੂੰ ਚਿੱਠੀਆਂ ਲਿਖਦਾ ਸੀ ਨਾ, ਉਹਦਾ ਪਤਾ ਲੱਗ ਗਿਆ? ਨਾ, ਲੱਗਿਆ ਨਹੀਂ। ਨਹੀਂ ਨਹੀਂ, ਮੈਂ ਕਹਿ ਰਿਹਾ ਕਿ ਉਹਨੂੰ ਲੱਭ ਲਿਆ। ਨਾ, ਮੈਂ ਕਿਉਂ ਲੱਭਾਂ? ਨਹੀਂ ਨਹੀਂ, ਮੈਂ ਲਾਟਰੀ ਤੈਨੂੰ ਇਹ ਕਹਿ ਰਿਹਾ ਕਿ ਮੈਂ ਉਹਦਾ ਪਤਾ ਲਾ ਲਿਆ ਜਿਹੜਾ ਸਤਨਾਮ ਵਾਹਿਗੁਰੂ ਨੂੰ ਚਿੱਠੀਆਂ ਲਿਖਦਾ। ਕੌਣ? ਕੌਣ? ਮੇਰੀ ਕਲਾਸ ਦੀ ਇੱਕ ਬੱਚੀ ਹੈ, ਜੋਤੀ, ਉਹ ਲਿਖਦੀ ਹੈ ਸਤਨਾਮ ਵਾਹਿਗੁਰੂ ਜੀ ਨੂੰ ਚਿੱਠੀਆਂ।
ਮਾਂ ਗੁਜ਼ਰ ਗਈ ਸੀ ਉਹਦੀ। ਇਸ ਪਿੰਡ ਆਪਣੇ ਨਾਨੇ ਨਾਨੀ ਕੋਲ ਰਹਿੰਦੀ ਹੈ। 2 ਸਾਲ ਤੋਂ ਆਪਣੀਆਂ ਚਿੱਠੀਆਂ ਤੇ ਜਵਾਬ ਉਡੀਕਦੀ ਹੈ ਵਿਚਾਰੀ। ਕਮਲੀ ਹੈ ਕੁੜੀ, ਪਰ ਜਿਹੜੀ ਚਿੱਠੀ ਪਹੁੰਚਣੀ ਨਹੀਂ ਮਾਸਟਰ ਜੀ, ਉਹਦਾ ਜਵਾਬ ਕੌਣ ਕੌਣ ਲਿਖੂਗਾ? ਜਵਾਬ ਤਾਂ ਲਾਟਰੀ ਉਹਦਾ ਸਤਨਾਮ ਵਾਹਿਗੁਰੂ ਹੀ ਲਿਖੇਗਾ। ਸਤਨਾਮ ਵਾਹਿਗੁਰੂ ਕਿੱਥੇ ਹੈ? ਸਤਨਾਮ ਵਾਹਿਗੁਰੂ ਆਹ ਦੇਖ, ਉਹਦਾ ਆਪਣੇ ਬੰਡਲ ਬਚਨ ਹੈ, ਉਹਦੇ 'ਚ ਸਤਨਾਮ ਵਾਹਿਗੁਰੂ, ਮੇਰੇ 'ਚ ਸਤਨਾਮ ਵਾਹਿਗੁਰੂ, ਜੋਤੀ 'ਚ ਸਤਨਾਮ ਵਾਹਿਗੁਰੂ, ਔਰ ਤੇਰੇ 'ਚ ਵੀ ਹੈ ਸਤਨਾਮ ਵਾਹਿਗੁਰੂ। ਹੁਣ ਪਤਾ ਨਹੀਂ ਕਿ ਸਤਨਾਮ ਵਾਹਿਗੁਰੂ ਨੇ ਕਿਹਦੇ ਤੋਂ ਚਿੱਠੀ ਲਿਖਾ ਲੈਣੀ ਹੈ। ਆ ਫੜ ਤੇਰੀ ਅਮਾਨਤ, ਹੁਣ ਚਾਹੇ ਪੀ ਅਤੇ ਚਾਹੇ ਡੋਲ ਦੇ, ਤੇਰੀ ਮਰਜ਼ੀ ਹੈ। ਚੰਗਾ ਜੀ। ਮਾਸਟਰ ਨੇ ਤੇਰੇ ਕੰਨ 'ਚ ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਸ਼ਰੇਆਮ ਬੋਲਣ ਵਾਲਾ ਬੰਦਾ ਜਦੋਂ ਕੰਨ 'ਚ ਗੱਲ ਕਰਦਾ ਫਿਰ ਮਸਲਾ ਕੋਈ ਆਮ ਨਹੀਂ ਹੁੰਦਾ। ਆਓ ਪੁੱਤ ਜੱਟਾਂ ਦਾ ਹਲ ਵਾਉਂਦਾ ਵੱਡੇ ਤੜਕੇ ਦਾ, ਆਓ ਤੇਰੀ ਅੱਖਾਂ ਮੂਹਰੇ ਕੰਮ ਦੀ ਜ਼ਰੂਰਤ ਪਿਆਰੀ। ਓਏ ਹਾਂ ਵੀ ਡੱਡ, ਕਦੇ ਇਕੱਠੇ ਤੇ ਕਦੇ ਅੱਡ ਹੈ। ਅਰੇ ਬਈ ਇਤਨਾ ਸਨਾਟਾ ਕਿਉਂ ਹੈ? ਮਾਰ ਦੇ ਕਰਾਂ ਸ਼ਹਿਦ ਅਰਗੇ ਮਿੱਠੇ ਜੇ ਬੋਲ ਸੁਣਾ ਕੇ। ਹੈਂ ਆਸੇ ਮੈਨੂੰ ਭੁੱਲ ਜਾਈ ਹਮੇਸ਼ਾ ਲਈ। ਅੱਛਾ, ਮੈਂ ਕਿਹਾ ਹੁਣੀ ਭੁੱਲ ਜਾ ਕੇ ਬਾਜਾ ਪਾਸੇ ਰੱਖ ਕੇ ਭੁੱਲਾਂ ਬਈ। ਐਂ ਹੱਸਦਾ ਰਹੀ, ਕੱਲ ਮੇਰੀ ਇੰਗੇਜਮੈਂਟ, ਹੋ ਸਕੇ ਤਾਂ ਮੈਨੂੰ ਮਾਫ ਕਰ ਦੇ। ਓ ਹੈਲੋ 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 ਓ ਹੈਲੋ ਮੈਂ ਪੱਟਿਆ ਗਿਆ ਨਹੀਂ, ਬੈਂਕ ਵਾਲੇ ਟ੍ਰੈਕਟਰ ਨਹੀਂ ਮੇਰਾ ਪੁੱਤ ਜਾਗੇ ਲੈ ਗਏ।
ਵੈਸੇ ਲਾਲਾ ਜੀ, ਹਾਂਜੀ, ਕੋਈ ਕੰਮ ਰਹਿ ਗਿਆ ਸੀ ਤੇ ਉਹ ਵੀ ਵਿੱਚੇ ਹੀ ਐਡ ਕਰ ਲੈਣਾ ਸੀ, ਬਾਕੀ ਤਾਂ ਹੈਗੇ ਹੀ ਸਾਰੇ ਆਲਮੋਸਟ। ਉਹ ਕੀ ਕਰੀਏ ਮਾਸਟਰ ਜੀ, ਲੋੜਾਂ ਹੀ ਬਹੁਤ ਨੇ, ਨਾਲੇ ਜੇ ਕੋਈ ਹੋਰ ਕੰਮ ਵੀ ਕਰ ਸਕਦਾ ਹੋਇਆ ਤਾਂ ਉਹ ਵੀ ਦੱਸਿਓ। ਹੁਣ ਪੁਰਾਣੀ ਹੱਟੀ ਦੇ ਤਾਂ ਜਾਣੋ ਦਹੇ, ਨਾਲੇ ਰੇਸ਼ਮ ਮਿੱਤਲ ਨੂੰ ਵੱਡਾ ਜਨਰਲ ਸਟੋਰ ਵੀ ਖੋਲ ਕੇ ਦੇਣਾ ਨਾ ਗੱਲ ਆ ਇੱਕ। ਨਾ ਮੈਨੂੰ ਕਿਉਂ ਨੀ ਖੋਲ ਕੇ ਦੇਣਾ? ਉਹ ਮੇਰੇ ਘਾਟੇ ਦਿਆ ਸੌਦਿਆ, ਉਹ ਮੇਰਾ ਰੌਂਗ ਨੰਬਰ ਆ, ਤੇਰਾ ਨਾ ਹੀ ਰੇਸ਼ਮ ਮਿੱਤਲ ਆ, ਪੈਟਰੋਲ ਦਾ ਤੇਰਾ ਪੁੱਠਾ ਨਾ ਹੈ, ਨਾਲੇ ਪੈਟਰੋਲ ਨਾ ਕੀ ਰੱਖਦਾ ਤੇਰਾ, ਤੂੰ ਤਾਂ ਦੂਰ ਹੀ ਅੱਗ ਫਲ ਲੱਗ ਗਿਆ। ਗੱਲ ਆ ਇੱਕ, ਉਹ ਬੋਧੀ ਉਦੋਂ ਹੀ 2 ਕਿਲੋ ਪਾ ਦਿੰਦਾ ਤੇ ਆਲੂ ਪਾ ਦੇ 1 ਕਿਲੋ ਕ। ਠੀਕ ਆ ਠੀਕ ਆ। ਸੋਹੀ ਸਾਹਿਬ, ਇਹ ਬੋਧੀ ਕੀ ਹੁੰਦਾ ਜੀ? ਇੱਕੋ ਪਿੰਡ ਦੇ ਹੋ, ਸਤਿਕਾਰ ਦਿਓ ਇੱਕ ਦੂਸਰੇ ਨੂੰ ਗੁਰਮੁਖੋ, ਹੈਂ? ਸ਼ੰਭੂਨਾਥ ਜੀ ਕਹੋ, ਲਾਲਾ ਜੀ ਕਹੋ, ਸੇਠ ਜੀ ਕਹੋ। ਬਸ ਕਰ ਯਾਰ ਮਾਸਟਰ, ਮੇਰੀ ਕਿਸਮਤ ਨੇ ਮੇਰਾ ਪਹਿਲਾਂ ਮਜ਼ਾਕ ਬਣਾਇਆ ਪਿਆ, ਉੱਤੋਂ ਤੂੰ ਸਿਰ ਖਾਈ ਜਾਂਦਾ। ਇਹ ਕਿਸਮਤ ਨਾ 4 ਅੱਖਰਾਂ ਦਾ ਇੱਕ ਸ਼ਬਦ ਹੈ, ਜਿਹਨੂੰ ਤੇਰੇ ਵਰਗੇ ਕਮਜ਼ੋਰ ਅਤੇ ਨਲਾਇਕ ਪਹਾੜ ਬਣਾ ਕੇ ਸਿਰ ਦੇ ਉੱਤੇ ਰੱਖ ਲੈਂਦੇ ਆ। ਇੱਕ ਲਾਲਾ ਸ਼ੰਭੂਨਾਥ ਜੀ ਹੈ, ਕਿਸਮਤ ਦਾ ਹੀ ਘੋੜਾ ਬਣਾ ਕੇ ਜ਼ਿੰਦਗੀ ਦੇ ਨਵੇਂ ਸਫ਼ਰ 'ਤੇ ਹੋ ਤੁਰੇ ਆ। ਚੋਰਾਂ ਨੇ ਭਰੀ ਭਰਾਈ ਦੁਕਾਨ ਖਾਲੀ ਕਰਤੀ ਸੀ, ਨਾ ਲਾਲਾ ਜੀ ਨੇ ਜ਼ਹਿਰ ਪੀਤਾ, ਨਾ ਹੀ ਕਿਸਮਤ ਦਾ ਰੋਣਾ ਰੋਇਆ। ਜਵਾਨ ਜਹਾਨ ਹੈ, ਲਾਲਾ ਜ਼ਿੰਦਗੀ ਨੂੰ ਅੱਗੇ ਕਿਉਂ ਵਿਹਲਾ ਫਿਰਦਾ ਰਹਿੰਦਾ? ਖੁਸ਼ੀਆਂ ਬੀਜ ਜਵਾਨਾ, ਹਾਸੇ ਉੱਗਣਗੇ ਹਾਸੇ, ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸ਼ੰਭੂਨਾਥ ਕਹੋ। ਚੰਗਾ ਸ਼ੰਭੂ ਚਾਚਾ ਜੀ, ਚੰਗਾ ਵੀ ਲਿਖ ਲਿਓ ਫਿਰ। ਭਾਨੋ ਆਂਟੀ ਜੀ, ਵੀ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ, ਵੇ ਕਦੋਂ ਤੋਂ ਉਹ ਸਹੀ ਨੰਬਰ ਹੋ ਮਿਲਿਆ, ਉਹ ਮੈਂ ਤਾਂ ਆਪ ਤਾਜ਼ਾ ਤਾਜ਼ਾ ਸ਼ੰਭੂ ਚਾਚਾ ਬਣਿਆ।
ਮਾਸਟਰ ਜੀ ਜਿਹੜੇ ਰਾਹ ਆਏ ਆ ਉਸੇ ਰਾਹ ਬੈਕ ਹੋ ਜਾਓ। ਕੀ ਗੱਲ ਹੋ ਗਈ, ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ? ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ, ਸੱਪ ਵੀ ਨਾ ਪੀਣ ਦਾ ਨੇਮ ਚੱਕ ਗਿਆ, ਲਾਟਰੀ ਵੀ ਨਹੀਂ ਹੱਥ ਲਾਉਂਦਾ ਪਿਆ। ਹੈਂਗਰ ਮਾਸਟਰ ਜੀ ਅੱਗੇ ਨਾ ਵਧੋ, ਬੈਕ ਹੋ ਜਾਓ। ਤੁਸੀਂ ਪ੍ਰਵਚਨ ਦਿੰਦੇ ਆ, ਭਾਸ਼ਣ ਦਿੰਦੇ ਆ, ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ। ਕੋਈ ਗੱਲ ਨਹੀਂ, ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਸ਼ਰਾਬ ਨੂੰ ਪਿਆਰ ਕਰਨ ਵਾਲੇ। ਲਾਟਰੀ ਬਹਿ ਜਾ, ਚਾਹ ਪੀਂਦੇ ਆਪਾਂ। ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ, ਤੁਰਦੇ ਫਿਰਦੇ ਨਜ਼ਰਾਂ ਤੁਰਦੇ ਫਿਰਦੇ। ਲਾਟਰੀ ਤੂੰ ਤਾਂ ਪੀ ਲਾ, ਤੇਰਾ ਦਾਰੂ ਬਿਨਾਂ ਕੌਣ ਆ? ਲਾਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ, ਦੇਖਿਆ ਨਹੀਂ ਕਈ ਦਿਨ ਤੋਂ। ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਆ, ਖੁਦਕੁਸ਼ੀ ਦੀ। ਫਸਲ ਨਹੀਂ ਤਾਂ ਨਸਲ ਨਹੀਂ, ਕਰਜ਼ਾ ਹੀ ਕਰਜ਼ਾ, ਮਰ ਜਾ ਤੂੰ ਮਰ ਜਾ। ਵਾਹ, ਇਹ ਹੁੰਦੀ ਹੈ ਅਣਖਾਲੀ ਗੱਲ। ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ। ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਹੀ ਆ ਪਾਪ। ਨਾ ਤਾਂ ਤੁਸੀਂ ਚੋਰੀ ਕੀਤੀ ਹੈ ਨਾ ਪਾਪ ਕੀਤਾ। ਜੰਮਣਾ ਅਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ, ਪਰ ਇਨਸਾਨ ਪਰਮਾਤਮਾ ਔਰ ਕੁਦਰਤ ਤੋਂ ਅੱਗੇ ਲੰਘਦਾ ਜਾ ਰਿਹਾ। ਮਰਨਾ ਉਹਨੇ ਆਪਣੇ ਹੱਥ 'ਚ ਕਰ ਲਿਆ। ਮੈਂ ਤੁਹਾਨੂੰ ਮਰਨ ਤੋਂ ਰੋਕਣ ਨਹੀਂ ਆਇਆ। ਮੈਂ ਤਾਂ ਸੋਚਿਆ ਕਿ ਚਲੋ ਜਾਂਦੇ ਬੰਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਈਏ। ਕੀ ਨਾ ਤੁਹਾਡਾ? ਹਾਂ, ਦਲੇਰ ਸਿੰਘ ਸੋਹੀ। ਕੰਮ ਵੀ ਦਲੇਰੀ ਵਾਲਾ ਕਰ ਰਹੇ ਹੋ, ਬਹੁਤ ਬਹਾਦਰੀ ਦਾ ਕੰਮ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਸੁੱਝੀ, ਆਪਣਾ ਪਰਿਵਾਰ ਗਵਾ ਕੇ, ਪਾਤਸ਼ਾਹੀਆਂ ਲੁਟਾ ਕੇ, ਚਾਰੋ ਬੱਚੇ ਕੁਰਬਾਨ ਕਰਕੇ, ਫਿਰ ਵੀ ਚੜ੍ਹਦੀ ਕਲਾ 'ਚ ਰਹਿ ਕੇ ਇਹੋ ਹੀ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅਫਸੋਸ ਕਿ ਉਹਨਾਂ ਦੀ ਕੌਮ ਦੇ ਵਾਰਸ ਅੱਜ ਇੱਕ ਟਰੈਕਟਰ ਗਵਾ ਕੇ
ਫਸਲ 'ਚ ਘਾਟਾ ਖਾ ਕੇ ਆ ਜ਼ਹਿਰ ਦੀਆਂ ਬੋਤਲਾਂ ਚੁੱਕੀ ਫਿਰਦੇ ਨੇ। ਠੀਕ ਹੈ ਜੀ, ਮਰਜ਼ੀ ਹੈ ਤੁਹਾਡੀ। ਹਾਂ, ਕੋਈ ਆਖਰੀ ਖੁਆਇਸ਼ ਹੋਵੇ ਤਾਂ ਦੱਸ ਦਿਓ, ਜਾਂ ਲਾਣੇਦਾਰਨੀ ਨੂੰ ਕੋਈ ਸੁਨੇਹਾ ਦੇਣਾ ਹੋਵੇ, ਜਾਂ ਗਿਆਪਾਲ ਸਿੰਘ ਨੂੰ ਕੁਝ ਕਹਿਣਾ ਹੋਵੇ, ਜਿਹਨੇ ਵਿਚਾਰੇ ਨੇ ਸਵੇਰੇ ਕਰਜ਼ਾ ਚੁੱਕ ਕੇ ਤੁਹਾਡੀਆਂ ਅੰਤਮ ਰਸਮਾਂ ਕਰਨੀਆਂ ਨੇ। ਚਲੋ ਮਿਲਦੇ ਹਾਂ, ਆਓ। ਮਿਲਣਾ ਤਾਂ ਕਾਹਦਾ ਹੁਣ, ਕਿਉਂਕਿ ਗਿਆ ਬੰਦਾ ਕਦੇ ਮੁੜਦਾ ਨਹੀਂ ਅਤੇ ਅਗਲਾ ਜਨਮ ਹੁੰਦਾ ਨਹੀਂ। ਅਗਲਾ ਜਨਮ ਹੁੰਦਾ, ਮੈਂ ਇੱਕ ਬਹਾਦਰ ਇਨਸਾਨ ਬਣ ਕੇ ਪੈਦਾ ਹੁੰਦਾ। ਮੇਰੀਆਂ ਕਮਜ਼ੋਰੀਆਂ ਨੇ ਮੇਰੇ ਰਾਹ ਸੁੰਨੇ ਕਰਤੇ, ਆਪਣੇ ਮੁਕੱਦਰਾਂ 'ਚ ਹਨੇਰੇ ਮੈਂ ਆਪ ਲਿਖ ਲਏ। ਦੇਖੋ ਜੀ, ਸਾਡਾ ਤਾਂ ਬਿਜ਼ਨਸ ਆ, ਮੈਂ ਅਬੋਰਸ਼ਨ ਨਹੀਂ ਕਰਾਂਗੀ ਤਾਂ ਕੋਈ ਹੋਰ ਕਰੇਗਾ। ਤੁਸੀਂ ਚੰਗੀ ਤਰ੍ਹਾਂ ਸੋਚ ਲਓ, ਉਹਦਾ 5th ਮੰਥ ਚੱਲ ਰਿਹਾ ਅਤੇ ਅਬੋਰਸ਼ਨ ਕਰਨ ਨਾਲ ਉਹਦੀ ਜਾਨ ਨੂੰ ਖਤਰਾ ਵੀ ਹੋ ਸਕਦਾ। ਕੁਛ ਨਹੀਂ ਹੁੰਦਾ ਉਹਦੀ ਜਾਨ ਨੂੰ, ਤੁਸੀਂ ਆਪਣਾ ਕੰਮ ਕਰੋ। ਦੇਖਣ ਨੂੰ ਤਾਂ ਤੁਸੀਂ ਬੜੇ ਜੈਂਟਲ ਲੱਗਦੇ ਹੋ। ਬੀਬੀ, ਤੁਸੀਂ ਆਪਣੀ ਕਹਿਤੀ, ਅਸੀਂ ਆਪਣੀ ਕਹਿਤੀ। ਭਾਈ ਸਾਹਿਬ, ਤੁਹਾਨੂੰ ਆ ਕੇ ਕੁਛ ਪੇਪਰ ਸਾਈਨ ਕਰਨੇ ਪੈਣਗੇ। ਜਾ ਜਾ ਹੁਣ। ਬੀਬੀ ਸੋਚ ਲੈ, ਜਾ ਹੁਣ। ਸਮਝਾਇਆ ਸੀ ਨਾ ਤੁਹਾਨੂੰ, ਉਹਦੀ ਸਾਰੀ ਬੋਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ। ਹਾਂਜੀ, ਗਿਣਤੀ ਤੇ ਸਾਈ ਆ ਉਹਦੇ ਕੋਲੇ। Yeah.
ਮਾਫ ਕਰ ਦੇ। ਕਿੱਦਾਂ ਦਾ ਹੈ ਕਿ ਬਣੀ ਸੀ ਮੈਂ ਤੁਹਾਨੂੰ ਪੁੱਤ ਪੁੱਤ ਨਹੀਂ ਦੇ ਸਕੀ। ਨਹੀਂ ਚਾਹੀਦਾ ਪੁੱਤ ਬਣੀ, ਨਹੀਂ ਚਾਹੀਦਾ ਮੈਨੂੰ ਪੁੱਤ। ਦੇਖ ਬਣੀ, ਤੂੰ ਮੇਰਾ ਪੁੱਤ, ਤੂੰ ਹੀ ਮੇਰਾ ਪਰਿਵਾਰ, ਤੂੰ ਹੀ ਮੇਰਾ ਸਭ ਕੁਛ, ਸਿਰਫ ਤੂੰ ਚਾਹੀਦੀ ਹੈ ਬਾਣੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਬਾਣੀ। ਤੂੰ ਆਰਡਰ ਆਪਾਂ ਕਰ ਚੱਲੀਏ। ਬਾਣੀ ਤੂੰ ਠੀਕ ਹੈ, ਤੈਨੂੰ ਕੁਛ ਨਹੀਂ ਹੋਇਆ ਹੈਨਾ? ਬਾਣੀ ਮੇਰਾ ਤੇਰੇ ਨਾਲ ਪ੍ਰੋਮਿਸ ਹੈ, ਮੈਂ ਅੱਗੇ ਤੋਂ ਕਦੀ ਨਹੀਂ ਰੋਵਾਂਗਾ, ਠੀਕ ਹੈ? ਅੱਜ ਇੱਕ ਵਾਰੀ ਰੱਜ ਕੇ ਰੋਣ ਦੇ ਬਾਣੀ। ਪੁੱਤ ਤੇਰਾ ਬਾਪੂ ਕਿੱਧਰ ਨੂੰ ਗਿਆ? ਉਹ ਜਾਣਾ ਕਿੱਥੇ ਬੇਬੇ, ਮੈਨੂੰ ਤਾਂ ਲੱਗਦਾ ਉਹ ਹਾਲੇ ਉੱਠਿਆ ਹੀ ਨਹੀਂ। ਤੇਰਾ ਦਿਮਾਗ ਤਾਂ ਠੀਕ ਹੈ, ਆਖੇ ਉੱਠਿਆ ਨਹੀਂ, ਪਾਠੀ ਲੱਗਦੇ ਨੂੰ ਤਾਂ ਉੱਠ ਖੜਦਾ ਉਹ। ਉਹ ਪਤਾ ਨਹੀਂ ਬੇਬੇ ਕਿੱਥੇ ਆ ਯਾਰ, ਮੈਂ ਨਹੀਂ ਦੇਖਿਆ। ਅੱਛਾ ਵਿਆਸੀ, ਕੁਛ ਕਰ ਤਾਂ ਨਹੀਂ ਲਿਆ ਉਹਨੇ, ਜਮੇ ਹੀ ਪੱਟੇ ਜਾਵਾਂਗੇ ਆਪਾਂ ਤਾਂ। ਬਾਪੂ ਬਾਪੂ
ਕੀ ਹੋਇਆ ਵਾ ਸਿਆਲਾ ਬਾਪੂ ਦਾ? ਉਹ ਝਾਕਦਾ ਜਿਵੇਂ ਜਿਵੇਂ ਧੁੰਦ ਚ ਗਧਾ ਝਾਕਦਾ ਹੋਵੇ। ਉਹ ਮੈਂ ਤਾਂ ਮਾੜਾ ਜਿਹਾ ਸਰੀਰ ਖੋਲ ਰਿਹਾ ਸੀ, ਸਾਲਾ ਜਮਾਂ ਜੁਗਾ ਲਿਆ ਪਿਆ। ਆਪਦੀ ਮਾਂ ਨੂੰ ਕਹਿ ਦੁੱਧ ਗਰਮ ਕਰੇ, ਲੇਚੀਆਂ ਲੁਚੀਆਂ ਪਾ ਕੇ ਮਾੜਾ ਜਿਹਾ ਮਖਿਆਲ ਵੀ ਪਾ ਦੇਵੇ। ਮਖਿਆਲ ਵਾਢੀਆਂ ਕਰਿਆ ਕਰੂ, ਨਾਲੇ ਇਹਦੀ ਉੱਥੇ ਗਾਉਣ ਦੀ ਪ੍ਰੈਕਟਿਸ ਹੋ ਜਾ ਕਰੂ, ਨਾਲੇ ਜਿਮ ਲੱਗ ਜਾ ਕਰੂ। ਮੰਨ ਗਏ ਵੀ ਛੱਟ ਦੀ ਸਕੀਮ ਨੂੰ, ਹੁਣ ਨੀ ਹੱਥ ਲਾਉਂਦੇ ਸ਼ਰਾਬ ਦੇ ਭੀਮ ਨੂੰ। ਚਲੋ ਆ ਜਾ ਆ ਜਾ। ਮਹਾਰਾਜ ਲੰਮੀ ਆਮਰਾ ਦਵੇ ਬੈਂਕ ਵਾਲਿਆਂ ਨੂੰ। ਜੇ ਉਹ ਟਰੈਕਟਰ ਨਾਲ ਲੈ ਕੇ ਜਾਂਦੇ ਤਾਂ ਸਾਡੇ ਵਾਲੇ ਬੰਦੇ ਨੇ ਬੰਦਾ ਨਹੀਂ ਸੀ ਬਣਨਾ। ਮੁੱਦਤਾ ਬਾਅਦ ਹੱਸਦੇ ਦੇਖਿਆ ਅਸੀਂ ਦੇ ਬਾਪੂ ਨੂੰ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ। ਸਰ ਮੇਰੇ ਪਿਆਰੇ ਬੱਚਿਓ, ਪਰ ਕੁਝ ਗਿਆਨ ਐਸਾ ਹੈ ਜੋ ਸਿਰਫ ਕਿਤਾਬਾਂ ਤੋਂ ਹੀ ਨਹੀਂ ਬਲਕਿ ਆਮ ਜ਼ਿੰਦਗੀ ਚੋਂ ਮਿਲਦਾ ਹੈ। ਮਾਤਾ ਪਿਤਾ ਦੇ ਸਤਿਕਾਰ ਤੋਂ, ਸਿਆਣੇ ਲੋਕਾਂ ਦੀ ਸੰਗਤ ਤੋਂ, ਨੇਕ ਕੰਮਾਂ ਦੇ ਤਜਰਬੇ ਤੋਂ। ਆਓ ਪਰਮਾਤਮਾ ਤੋਂ ਆਪਾਂ ਕੋਠੀਆਂ, ਪੈਸਾ, ਗੱਡੀਆਂ ਮੰਗਣ ਦੀ ਬਜਾਏ ਨੇ ਕੰਮਾਂ ਦੀ ਦਾਤ ਮੰਗੀਏ। ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂ, ਨਾ ਟਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੂ, ਨਿਸ਼ਚੈ ਕਰੇ ਆਪਣੀ ਜੀਤ ਕਰੂ, ਨਿਸ਼ਚੈ ਕਰੇ ਆਪਣੀ ਜੀਤ ਕਰੂ। ਸ਼ੁਕਰੀਆ ਗੁਰਮੁਖ ਜੀ ਰਾਹ ਵਿਖਾਉਣ ਲਈ। ਅੱਜ ਤੋਂ ਸਕੂਲ ਟਾਈਮ 'ਚ ਨੋ ਜਾਣਾ, ਨੋ ਆਉਣਾ, ਸਿਰਫ ਪੜ੍ਹਾਉਣਾ, ਅਤੇ ਇਸ ਦੀ ਸ਼ੁਰੂਆਤ ਹੁਣ ਤੋਂ ਹੀ। ਚਲੋ ਨੀਤੂ ਮੈਡਮ, ਕਿਆ ਬਾਤ ਹੈ ਜੀ, ਇੱਕ ਵਾਰੀ ਸਰ ਲਈ ਵੀ ਤਾਲੀਆਂ ਮਾਰ ਦਿਓ ਬੱਚਿਓ। ਸ਼ੁਕਰੀਆ, ਆਓ ਮੈਡਮ ਚਲੋ। ਆਓ ਜੀ, ਆਓ ਜੀ, ਆਓ ਜੀ, ਲਾਟਰੀ ਜੀ ਮੋਸਟ ਵੈਲਕਮ ਜੀ। ਲੇਟ ਹੋ ਗਏ ਤੁਸੀਂ, ਤੁਹਾਨੂੰ ਬੱਚਿਆਂ ਦਾ ਜਲਵਾ ਦਿਖਾਉਣਾ ਸੀ। ਚਲੋ ਜੋਤੀ ਦੇਖਣ ਆਏ ਹੋ, ਕਿਹੜੀ ਹੈ? ਨਹੀਂ ਮਾਟਰੀ, ਜੋਤੀ ਨੂੰ ਮੈਂ ਜਾਣਦਾ, ਦਰਅਸਲ ਅੱਜ ਉਹਦਾ ਜਨਮ ਦਿਨ ਹੈ। ਅੱਛਾ, ਪਰ ਤੁਹਾਨੂੰ ਕਿੱਦਾਂ ਪਤਾ? ਮੇਰੇ ਤੋਂ ਚਿੱਠੀ ਪੜੀ ਗਈ ਸੀ। ਚਿੱਠੀ ਪੜ੍ਹ ਲਈ ਪਰ ਲਿਖੀ ਨਹੀਂ, ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੈ ਲਾਟਰੀ ਸਾਹਿਬ। ਅੱਜ ਬੱਚੀ ਨੂੰ ਚਿੱਠੀ ਦਾ ਗਿਫਟ ਹੀ ਦੇ ਦਿੰਦੇ। ਲਿਖਣੀ ਹੋਣੀ। ਠੀਕ, ਮਰਜ਼ੀ ਆ ਵੀ ਤੇਰੀ, ਚਿੱਠੀਆਂ ਵਾਲੇ ਵੀਰਾ। ਠੀਕ ਹੈ ਸਰ ਜੀ, ਸਰ ਜੀ ਮੇਰੀ ਗੱਲ ਸੁਣੋ ਜੀ। ਇੱਕ ਮਿੰਟ ਬੋਲਣਾ ਨਹੀਂ, ਠਹਿਰ ਜਾ ਪਹਿਲਾਂ ਮੇਰੀ ਗੱਲ ਸਮਝ ਲੈ। ਆ ਫੜੋ 100 ਰੁਪਈਆ, ਅੱਜ ਸਾਡੀ ਜੋਤੀ ਬੇਟੀ ਦਾ ਹੈਪੀ ਬਰਥਡੇ ਹੈ। ਫਟਾਫਟ ਹਲਵਾਈ ਕੋਲੋਂ ਜਾ ਕੇ ਨਾ 100 ਰੁਪਏ ਦੇ ਵੇਸਣ ਦੇ ਲੱਡੂ ਲੈ ਆਓ। ਠੀਕ ਹੈ ਜੀ।
ਬਹੁਤ ਪਿਆਰੇ ਵਾਹਿਗੁਰੂ ਜੀ, ਪਛਾਣ ਤਾਂ ਤੁਸੀਂ ਲਿਆ ਹੀ ਹੋਣਾ। ਮੈਂ ਚਿੱਠੀਆਂ ਵਾਲੀ ਜੋਤੀ ਬੋਲਦੀ ਹਾਂ। ਮੇਰੀ ਮੰਮੀ ਨੂੰ ਨਾ ਮੇਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ। ਵਾਹਿਗੁਰੂ ਜੀ, ਅੱਜ ਨਾ ਸਰ ਨੇ ਮੇਰਾ ਬਰਥਡੇ ਬਹੁਤ ਸੋਹਣਾ ਮਨਾਇਆ। ਹੈਪੀ ਬਰਥਡੇ ਡੀਅਰ ਜੋਤੀ, ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਜੋਤੀ। ਸਰ ਨੇ ਨਾ ਮੈਨੂੰ ਬਹੁਤ ਸੋਹਣਾ ਗਿਫਟ ਵੀ ਦਿੱਤਾ। ਪਰ ਅੱਜ ਵੀ ਵਾਹਿਗੁਰੂ ਜੀ ਤੁਹਾਡੀ ਚਿੱਠੀ ਨਹੀਂ ਆਈ। ਤੁਸੀਂ ਜਿਸ ਦਿਨ ਦਾ ਮੰਮੀ ਨੂੰ ਕੋਲ ਬੁਲਾ ਲਿਆ ਹੈ, ਉਸ ਦਿਨ ਤੋਂ ਬਾਅਦ ਕਦੇ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ। ਜੇ ਹੁਣ ਵੀ ਜਵਾਬ ਨਾ ਦਿੱਤਾ ਨਾ ਤਾਂ ਮੈਂ ਮਾਰ ਜਾਣਾ। ਮੈਨੂੰ ਪਤਾ ਲੱਗ ਗਿਆ ਕਿ ਮਰ ਕੇ ਮੈਂ ਮੰਮੀ ਨੂੰ ਮਿਲ ਸਕਦੀ ਹਾਂ। ਮੰਮੀ ਦਾ ਹਾਲ ਦੱਸ ਦਿਓ ਪਲੀਜ਼। ਚੰਗਾ, ਸਤਨਾਮ ਵਾਹਿਗੁਰੂ ਜੀ, ਮੈਂ ਤੁਹਾਡੀ ਚਿੱਠੀ ਦਾ ਵੇਟ ਕਰੂੰਗੀ। ਪਿਆਰੀ ਬੇਟੀ ਜੋਤੀ, ਬਹੁਤ ਬਹੁਤ ਪਿਆਰ। ਜੋਤੀ ਬੇਟਾ, ਮੈਂ ਤੇਰਾ ਵਾਹਿਗੁਰੂ ਦੁਨੀਆ ਨੇ ਉਲਝਾ ਰੱਖਿਆ ਸੀ ਤਾਂ ਜਵਾਬ ਨਹੀਂ ਦੇ ਸਕਿਆ। ਬੇਟਾ, ਹੁਣ ਤੇਰੀ ਹਰ ਨਵੀਂ ਪੁਰਾਣੀ ਚਿੱਠੀ ਦਾ ਜਵਾਬ ਦਿਆ ਕਰੂੰਗਾ। ਜੋਤੀ, ਤੇਰੀ ਮੰਮੀ ਬਹੁਤ ਖੁਸ਼ ਹੈ ਬੇਟਾ। ਹਾਂ ਸੱਚ, ਅਸੀਂ ਵੀ ਤੇਰਾ ਬਰਥਡੇ ਮਨਾਇਆ ਸੀ, ਕੇਕ ਕੱਟਿਆ ਸੀ, ਉੱਥੇ ਪਰੀਆਂ ਆਈਆਂ, ਪਰੀਆਂ ਨੇ ਡਾਂਸ ਕੀਤਾ ਤੇ ਸਾਰਿਆਂ ਨੇ ਰਲ ਕੇ ਗਾਇਆ ਸੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਜੋਤੀ। ਤੇਰੀ ਮੰਮੀ ਬਹੁਤ ਖੁਸ਼ ਹੋਈ ਸੀ ਬੇਟਾ। ਪਰ ਅਸੀਂ ਸਭ ਤੇ ਤੇਰੀ ਮੰਮੀ ਤੇਰੇ ਨਾਲ ਨਾਰਾਜ਼ ਹਾਂ। ਜੋਤੀ ਬੇਟਾ, ਤੂੰ ਉਦਾਸ ਨਾ ਹੋਇਆ ਕਰ। ਤੈਨੂੰ ਉਦਾਸ ਦੇਖ ਕੇ ਤੇਰੀ ਮੰਮੀ ਬਹੁਤ ਉਦਾਸ ਹੋ ਜਾਂਦੀ ਹੈ, ਫਿਰ ਉਹਦਾ ਜੀ ਨਹੀਂ ਲੱਗਦਾ। ਤੂੰ ਹੱਸਿਆ ਕਰ। ਤੂੰ ਹੱਸਦੀ ਹੈ ਤਾਂ ਤੇਰੀ ਮੰਮੀ ਹੱਸਦੀ ਹੈ। ਤੂੰ ਥੱਲੇ ਜੋ ਵੀ ਕਰਦੀ ਹੈ ਨਾ ਬੇਟਾ, ਤੇਰੀ ਮੰਮੀ ਸਭ ਦੇਖਦੀ ਹੈ। ਮੰਮੀ ਦਾ ਫਿਕਰ ਨਾ ਕਰੀ। ਹਾਂ ਸੱਚ, ਮੰਮੀ ਵੱਲੋਂ ਬਹੁਤ ਬਹੁਤ ਪਿਆਰ। ਤੇਰਾ ਆਪਣਾ ਸਤਨਾਮ ਵਾਹਿਗੁਰੂ। ਲਵ ਯੂ ਵਾਹਿਗੁਰੂ ਜੀ, ਲਵ ਯੂ ਮੰਮੀ। ਇਹ ਸੱਚੇ ਪਾਤਸ਼ਾਹ ਜੀਓ,
ਤੁਹਾਡੀ ਕਿਰਪਾ ਦੇ ਨਾਲ ਸ਼ੰਭੂ ਦਾਸ ਨੇ ਨਵਾਂ ਜਨਰਲ ਸਟੋਰ ਖੋਲ੍ਹਿਆ। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਊਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ, ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਅਤੇ ਮਾਫ਼ੀ ਇਹ ਵੀ ਮੈਂ ਸੱਤ ਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚ ਯਾਰ, ਅੱਜ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚ ਕੇ ਹੋ ਜੇ ਉਹ ਬਾਈ। ਹਾਂ, ਆ ਸਾਡੀ ਦੋਹਾਂ ਜਣਾਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਓਏ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6 ਖੜੋ। ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ। ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ। ਓਏ ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ, ਕਮ ਔਨ ਲੈਟਸ ਗੋ। ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ ਏਡਾ ਵੱਡਾ। ਹਾਂ ਚਾਹ ਪੱਤੀ ਠੋਕ ਕੇ ਤੇ ਮਿੱਠਾ ਯਾਰੋ ਰੋਕ ਕੇ। ਕੀ ਬਾਤ ਹੈ? ਉਹ ਜਿਹੜਾ ਸਾਡੀ ਬੀਹ ਵਿੱਚ ਦੇਵੀ ਨਾ ਤੂੰ ਹੋਕਾ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਓ ਜੀ ਸਭ ਸਭ ਚਾਹ। ਓ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਹਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨਹੀਂ ਕਹਿਣਾ। ਕੀ ਨਾਂ ਜੀ ਅਸਲੀ ਤੁਹਾਡਾ? ਨਾਗਰਾਜ। ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ? ਉਹ ਕਿਵੇਂ ਬਈ, ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਦੀ। ਚਲੀਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿਲਾ ਸਾਡੇ ਕੋਲ ਵੀ ਮਿੱਤਰਾ। ਅੱਜ ਤਾਂ ਜੀ ਆਪਾਂ ਆਗਿਆ ਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ। ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ, ਵੇਖੀ ਮੇਰਾ ਵੀ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਤ ਐ ਕਰ, ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ ਉਹ ਬਈ ਗੰਦ ਮੰਦ ਨਾਲ ਨੀ ਮੋਬਾਈਲ ਭਰੀ ਦਾ। ਹਾਲ ਫੜ ਕੇ ਨਾ ਬਾਪੂ ਵੀ ਠੀਕ ਹੈ, ਆ ਚੱਕ ਕਰ ਆ ਫੜ ਲਓ ਜੀ। ਸ਼ਾਬਾਸ਼ ਆ ਗਈ ਬਾਬਾ ਜੀ, ਕੀ ਬਾਤ ਹੈ? ਸ਼ਾਜਾ ਚੱਕ ਦੇ ਫੱਟੇ, ਚੱਕ ਦੇ ਚੱਕ ਦੇ ਲਓ ਜੀ, ਰੱਬ ਸੁਖ ਰੱਖੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਖੜ ਜਾ ਖੜ ਜਾ ਇੱਕ ਮਿੰਟ, ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ, ਤੇ ਅੱਜ ਮੈਂ ਜੋ ਵੀ ਨਹੀਂ ਹਾਂ ਜੀ, ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਹਾਂ ਜੀ। ਹੱਸਦਾ ਬਾਪੂ ਯਾਰ, ਚੌੜ ਕਰਦਾ।
ਹੋ ਬੈਲੀਆਂ ਦੀ ਧੀ ਨਾ ਨਿਯਾਰੀ ਲਈ ਦੀ ਸੱਥ ਵਿੱਚ ਖੜ ਜੇ ਦਨੀ ਪਗਾਈ ਦੀ ਰੀਸ ਕਰੀਏ ਬੁਰਿਆਂ ਦੀ ਕਦੇ ਨਾ ਗਵਾਹੀ ਭਰੀਏ ਹੋ ਸਕਿਆਂ ਖਿਲਾਫ ਨੀ ਮੈਂ ਔਤ ਬੁਣੀ ਦੀ ਲੇਟ ਹੋ ਜਾਣਾ ਸਾਡੇ ਜਾਂਦਿਆਂ ਨੂੰ ਕਰੈਕਟਰ ਡੇ ਫੰਕਸ਼ਨ ਖਤਮ ਹੋ ਜਾਣਾ ਸਕੂਲੇ ਨਾਲੇ ਸ਼ਾਮ ਨੂੰ ਆਉਣਾ ਤੇ ਹੈਗਾ ਤੂੰ ਵਾਹ ਸਰ ਜੀ ਆਪ ਹੀ ਦੱਸ ਕੇ ਭੁੱਲ ਗਏ ਮੈਂ ਇੱਕ ਟਾਈਮ ਦਾ ਇਰਾਦਾ ਛੱਡ ਕੇ ਆਪਦੀ ਅਰਦਾਸ ਤਾਂਬੇ ਦੀ ਨਹੀਂ ਕਰਨੀ ਨਾਲੇ ਤੁਸੀਂ ਤਾਂ ਕਹਿਣੇ ਹੁੰਨੇ ਹੋ ਵੀ ਕਰੈਕਟਰ ਡੇ ਤੇ ਕਰੈਕਟਰ ਨਹੀਂ ਛੱਡੀਦਾ ਬੱਲੇ ਵੀ ਲਾਟਰੀ ਕਮਾਲ ਕਰਤੀ ਯਾਰ ਕਮਾਲ ਤਾਂ ਤੁਸੀਂ ਕੀਤੀ ਹੈ ਸਰ ਜਿਹੜਾ ਇਸ ਲਾਟਰੀ ਦੀ ਲਾਟਰੀ ਕੱਢਤੀ ਪਰ ਤੁਸੀਂ ਭਲੇ ਮਾਨਸ ਬੰਦੇ ਕਹਿੰਦੀ ਕਿਉਂ ਬਣੇ ਹੋ ਮੈਂ ਵੀ ਕਿਸੇ ਦਾ ਗੁਨਾਹਗਾਰ ਹਾਂ ਲਾਟਰੀ ਜੀ ਚਲੋ ਬੱਚੋ ਚਲੋ ਬਈ ਅਗਲੀ ਗੇਮ ਖੇਡੀਏ ਹੁਣ ਆਪਾਂ Chop, 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 chop.
ਲਓ ਜੀ ਫਿਰ ਅੱਜ ਤੋਂ। ਚਲੋ ਵੀ ਬੱਚਿਓ ਹੁਣ ਅੱਜ ਦਾ ਵਿਚਾਰ, ਠੀਕ ਹੈ? ਠੀਕ ਹੈ ਜੀ। ਗੁਰੂ ਦੇ ਪਿਆਰੇ ਇੱਕ ਨੇ ਸਾਰੇ, ਬਹਾਨੇ ਕੜਨਾ ਡਰ ਕੇ ਹਾਰਨਾ, ਔਖਾ ਕੀ ਹੈ ਸੌਖਾ ਕਰਨਾ, ਸੌਖਾ ਕੀ ਹੈ ਔਖਾ ਕਰਨਾ, ਕਹਿ ਗਏ ਬਾਬਾ ਨਾਨਕ ਬਾਣੀ ਰਚ, ਆਜ ਸੱਚ ਜੁਗਾਦ ਸੱਚ, 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 ਆਜ ਸੱਚ ਜੁਗਾਦ ਸੱਚ। ਮੰਮੀ ਮਿੱਠੂ, ਤੇਰੇ ਡੈਡੀ ਨੇ ਨਹੀਂ ਆਉਣਾ, ਕਦੇ ਨਹੀਂ ਆਉਣਾ। ਨਹੀਂ ਮੰਮੀ, ਆਉਣਗੇ, ਮੇਰੇ ਡੈਡੀ ਪੱਕਾ ਆਉਣਗੇ। ਹੌਸਲਾ ਰੱਖ, ਹੌਸਲਾ ਰੱਖਦੀ ਹੈ, ਸਿਆਣੀ ਬਣ। ਸਿਆਣੀ ਬਣ ਕੇ ਸੁੱਖ ਨੂੰ ਭੇਜਿਆ ਸੀ, ਕੀ ਮਿਲਿਆ ਮੈਨੂੰ? ਸੂਬੇਦਾਰ ਸਾਹਿਬ, ਕੀ ਹੋਇਆ? ਬਸ ਡੀਸੀ ਆਫਿਸ ਗਏ ਸੀਗੇ, ਉੱਥੇ ਇਰਾਕ ਤੋਂ ਜਿਹੜੀਆਂ ਲਿਸਟਾਂ ਆਈਆਂ ਨਾ, ਉਹਨਾਂ ਵਿੱਚ ਕਿਤੇ ਵੀ ਸੁਖੀ ਦਾ ਨਾਂ ਨਹੀਂ ਹੈ। ਲੈ ਵਿੰਦਰ ਭੈਣੇ, ਫੇਰ ਕਿਉਂ ਘਬਰਾਉਣੀ ਹੈ? ਹੈਂ, ਉਮੀਦ ਨਹੀਂ ਛੱਡੀ ਦੀ ਹੁੰਦੀ? ਮਾਸਟਰ ਜੀ, ਅੱਜ ਇੱਕ ਲੜਕਾ ਮਿਲਿਆ ਸੀਗਾ ਸੁਖੀ ਦੇ ਨਾਲ ਦਾ, ਉਹ ਕੱਲ ਹੀ ਵਾਪਸ ਮੁੜਿਆ, ਰੁਲਦਾ ਖੁਲਦਾ ਜਿਹਾ। ਕਹਿੰਦਾ 6 ਮਹੀਨੇ ਪਹਿਲਾਂ ਮੈਂ ਸੁਖੀ ਨੂੰ ਮਿਲਿਆ ਸੀਗਾ, ਹਾਲਤ ਕੁਛ ਠੀਕ ਜੀ ਨਹੀਂ ਸੀ। ਮਾਸਟਰ ਜੀ, ਉਹ ਲੜਕਾ ਕਹਿੰਦਾ ਕਿ ਫਾਲਤੂ ਉਮੀਦਾਂ ਦੀ ਕੋਈ ਲੋੜ ਨਹੀਂ ਹੈ, ਮੈਂ ਵਾਹਿਗੁਰੂ ਜੀ ਨਾਲ ਗੱਲ ਨਹੀਂ ਕਰਨੀ। ਐ ਨਹੀਂ ਕਹੀਦਾ ਹੁੰਦਾ ਪੁੱਤ, ਵਾਹਿਗੁਰੂ ਨੂੰ ਥੋੜ੍ਹਾ ਐਂ ਕਹੀਦਾ, ਵਾਹਿਗੁਰੂ ਸਭ ਠੀਕ ਕਰਨਗੇ। ਪਾਪਾ, ਤੁਹਾਨੂੰ ਤਾਂ ਆਉਣਾ ਹੀ ਪੈਣਾ, ਵਾਹਿਗੁਰੂ ਜੀ ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ। ਮਿੱਠੂ, ਇਹਦੇ ਸਹਾਰੇ ਜੀਵਾਂ ਮੈਂ, ਮੇਰਾ ਨਹੀਂ ਜੀ ਕਰਦਾ ਜੀਵਣ। ਉਹ ਲੰਘਿਆ ਲਾਲਾ, ਬਸ ਆ ਹੀ ਗਿਆ ਜੀ। ਸਤਿ ਸ੍ਰੀ ਅਕਾਲ ਲਾਣੇਦਾਰ ਸਾਹਿਬ। ਲਾਲਾ ਜੀ, ਲਾਣੇਦਾਰ ਤਾਂ ਉਹ ਖੜਾ, ਮੈਂ ਤਾਂ ਉਹਦਾ ਮੋਹਲਾ ਮਲਦਾ, ਉਹਦਾ ਬਦੀ ਲੱਗਿਆ ਲੱਗਦਾ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ। ਓਏ ਆ ਜਾ ਲਾਲਾ, ਕਿੱਥੇ ਰਹਿ ਗਿਆ ਸੀ, ਦੁਪਹਿਰਾ ਹੋ ਗਿਆ। ਤੁਹਾਡੇ ਰਾਜ ਕੁਮਾਰ ਨੇ ਰੌਂਗ ਨੰਬਰ ਲਾਤਾ, ਪਹਿਲਾਂ ਤਾਂ ਪਤੰਦਰ ਆਈ ਘੰਟਾ ਲੇਟ, ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੁਰਦਾ ਨਾ ਹੀ ਨਾ ਲਵੇ। ਚਲੋ ਤੁਸੀਂ ਹੁਕਮ ਕਰੋ, ਮੈਂ ਆਪਣੀ ਦੁਕਾਨਦਾਰੀ ਵੀ ਸਾਂਭਣੀ ਆ ਜਾ ਕੇ। ਅੱਛਾ, ਉਹ ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ, ਆਪਾਂ ਇੱਥੇ ਹੀ ਕਰਤਾ। ਸੱਤ ਵਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ, ਕਿਸੇ ਹੋਰ ਨੂੰ ਕਿਹਾ ਹੋਇਆ, ਤੇਰੇ ਵੱਸ ਦਾ ਕੰਮ ਨਹੀਂ ਹੈ। ਓਹ ਜੀ, ਵਧਿਆ ਘਰ ਦੀਆਂ ਵਧੀਆਂ ਮਿਰਚਾਂ, ਗੁੱਸਾ ਨਾ ਕਰੇ, ਉਹ ਗੱਲ ਦਾ ਇੱਕ। ਅੱਛਾ, ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮੰਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ? ਪੈਸਾ ਤਾਂ ਕੀ ਆ, ਬਸ ਤੁਸੀਂ 100,000 ਰੁਪਈਆ ਦੇ ਦਿਓ, ਆਪਣੀ ਤਾਂ ਘਰ ਦੀ ਗੱਲ ਹੈ, ਚਲੋ 50,000 ਹੀ ਦੇ ਦਿਓ। ਚਲੋ
ਆਜਾ ਆਜਾ ਪਿੰਕੂ, 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 ਕੀ ਹੋਇਆ ਮੁੰਡੇ ਨੂੰ? ਪਾਣੀ ਲੈ ਕੇ ਆਵਾਂ? ਹਾਂ ਪਿੰਕੂ, ਪਿੰਕੂ, ਕੀ ਹੋਇਆ ਇਹਨੂੰ? ਬੇਟਾ ਪਿੰਕੂ, ਤੂੰ ਫਿਕਰ ਨਾ ਕਰ ਪੁੱਤ, ਹੈਗਾ ਮੈਂ ਜੀ। ਕੋਈ ਚਿਮਟਾ ਮਸਾਇਆਂ ਦਾ ਓ ਚੱਲ ਦਿਲਾ ਟੁਰ ਚੱਲੀਏ, ਵੇ ਕੋਈ ਕਦਰ ਨਹੀਂ ਆਇਆਂਦਾ। ਓਏ ਅਸੀ ਆ ਗੱਲਬਾਤ ਤੇਰੀ ਟੁੱਟੀਆ ਸੈਡ ਸੌਂਗ ਮੈਂ ਸੁਣੀ ਜਾਂਦਾ। ਓਏ ਅਸੀ ਉਹ ਦੇਖੋ ਉਹ ਆਪਣੀ ਇੰਸਪੀਰੇਸ਼ਨ ਤੁਰੀ ਆਉਂਦੀ ਹੈ। ਓ ਸੇਠਾ ਜੀ ਉਹ ਕਿਵੇਂ ਆ? ਬੋਲਦਾ ਮੈਂ ਕਿਹਾ ਕਿੱਧਰੋਂ? ਇੱਧਰੋਂ ਪੈਦਲ ਹੀ। ਉਹ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ, ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਰ, ਮਹਾਂ ਜਾਲ ਲੱਗਦਾ ਤੇ ਵੀ ਕੰਮ ਨਬੇੜ ਦਈਏ। ਲੱਗਦਾ ਵੱਡਾ ਹੀ ਸ਼ਬਦਾਂ ਮਾਰ ਗਿਆ ਹੈ। ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੁਰਿਆ ਆਉਂਦਾ। ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ। ਆਹ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ, ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ, ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ। ਸ਼ਮਸ਼ੇਰ ਦੇ ਲਾਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ। ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ, ਫਿਰ ਆਖੇਗਾ ਦੱਸਿਆ ਨਹੀਂ। ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ, 13 ਤਰੀਕ ਵਾਲੇ ਪ੍ਰੋਗਰਾਮ 'ਤੇ ਮੈਨੂੰ ਹਲਵਾਈ ਦੇ ਤੌਰ 'ਤੇ ਬੁੱਕ ਕੀਤਾ ਅਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ। ਤੂੰ ਨਾ ਗੱਡਾ, ਮੈਂ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ 'ਚ ਹੀ ਫਸ ਗਿਆ। ਗੁੱਸਾ ਨਾ ਕਰਿਓ, ਤੂੰ ਗੱਲਦਾ ਇੱਕ ਕਾਹਦੇ ਲਈ? 14 ਫਰਵਰੀ ਆ, ਵੈਲੈਂਟਾਈਨਸ ਡੇ, ਪਿਆਰ ਕਰਨ ਵਾਲਿਆਂ ਦਾ ਦਿਨ। ਅੱਛਾ, ਸਹੁੰਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ, ਗਾਹਲੀ 14 ਫਰਵਰੀ ਨੂੰ ਜੱਟ ਪਰਾਤ ਲੈ ਕੇ ਆਊਗਾ ਤੇਰੇ ਘਰੇ। ਵੇ ਸਜਣਾ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ, ਜਾਨ ਤੋਂ ਪਿਆਰਿਆਂ ਨੂੰ ਦਗਾ ਨਹੀਂ ਕਮਾਈਦਾ। ਕੋਈ ਪੈਰੀ ਦਿਲ ਵਿੱਚ ਆਉਂਦਾ ਹੋਵੇ, ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿੱਚ ਆਉਂਦਾ ਹੋਵੇ, ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਉਹਨੂੰ ਠੇਡਾ ਨਹੀਂ ਮਾਰੀਦਾ ਹੈ, ਠੇਡਾ ਨਹੀਂ ਮਾਰੀਦਾ ਸੱਚ ਰੱਬ ਤੋਂ ਡਰੀਦਾ। ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਪਿਆਰ ਆਵੇ ਐਦਾਂ ਨਹੀਂ ਕਰ।
ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਜੁਦਾ ਹੋਣ ਤੋਂ ਡਰਦਾ ਏ ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਇਹ ਸਾਲੇ ਦੋ ਦਿਨ ਪਹਿਲਾਂ ਟਰੈਕਟਰ ਲੈ ਕੇ ਗਏ ਨੇ ਉਹ ਆਗ ਤੇ ਹੀਰੋ ਹਾਂਡਾ ਜਾਣਾ ਲੈ ਜਾਣਾ ਹੋ ਤੇਰੀ ਸਪੀਡ ਰਿਕਾਰਡ ਵਾਲੀ ਅੱਟ ਦੀ ਮੋਟਰ ਤੇ ਵਾਹ ਬਾਈ ਵਾਹ ਸਸਿਕਾ ਜੀ ਸਸਿਕਾ ਜੀ ਸਸਿਕਾ ਜੀ ਇੱਕ ਦਿਨ ਮੈਂ ਕਿਹਾ ਤੁਸੀਂ ਆਏ ਸੀ ਜਲੰਧਰ ਸਾਡੇ ਕੋਲ ਅੱਜ ਅਸੀਂ ਤੇਰੇ ਕੋਲ ਆਇਆ ਛੋਟੇ ਵੀਰ ਤੇਰਾ ਗਾਣਾ ਹਿੱਟ ਆ ਵੀਰੇ ਸਟਾਰ ਬਣ ਜਾਣਾ ਤੂੰ ਵਾਹ ਰੱਬਾ ਕੋਠੀਆਂ ਕਾਰਾਂ ਜਹਾਜ਼ਾਂ ਦੀਆਂ ਸੈਰਾਂ ਤੇਰੇ ਹਿੱਸੇ ਆ ਮੇਰੇ ਵੀਰ ਦੁਨੀਆ ਉਡੀਕਦੀ ਆ ਵੀਰੇ ਤੈਨੂੰ ਸ਼ਗਨ ਦੇ ਤੌਰ ਤੇ ਆ ਲਓ ਗੱਡੀ ਦੀ ਚਾਬੀ ਹਾਂਜੀ ਪਰ 3 ਸਾਲ ਦਾ ਕੰਟਰੈਕਟ ਸਾਈਨ ਕਰਨਾ ਪੈਣਾ ਮੇਰੇ ਵੀਰ ਤੁਸੀਂ ਸਾਈਨ ਦੱਸੋ ਕਿੱਥੇ ਕਰਨੇ ਜੀ ਪਰ ਕੀ ਗੱਡੀਆਂ ਨਾਲ ਜ਼ਰੂਰੀ ਇੱਕ ਹੋਰ ਚੀਜ਼ ਵੀ ਹੈ ਜੀ ਜੋ ਚਾਹੀਦਾ ਦੱਸੋ ਜਨਾਬ ਉਹ ਦੱਸ ਦਿੰਦੇ ਹਾਂ ਜੀ ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ ਉਹ ਬੱਲੇ ਇੱਥੇ ਰੱਖ ਮਾਸਟਰ ਜੀ ਕਾਰ ਲੈ ਲਈ ਵਧਾਈਆਂ ਭਾਈ ਗੁਰਮੁਖਾ ਤੈਨੂੰ ਹੈ ਚਾਚੀ ਅੱਜ ਤਾਂ ਵਧਾਈਆਂ ਲੈਣ ਨਹੀਂ ਮੈਂ ਵਧਾਈਆਂ ਦੇਣ ਆਇਆ ਮੈਂ ਸਮਝਿਆ ਨਹੀਂ ਹੁਣੇ ਸਮਝਾ ਦਿੰਨੇ ਜੀ ਲੋ ਵੀ ਸਰਦਾਰ ਦਲੇਰ ਸਿੰਘ ਸੋਹੀ ਦੇ ਦੋਨੋਂ ਪੁੱਤਰ ਹਾਜ਼ਰ ਹੋ ਹੈ ਲੋ ਜੀ ਵਧਾਈਆਂ ਅਸੀਂ ਦੇ ਬੇਬੇ ਤੇ ਬਾਪੂ ਨੂੰ ਮਤਬਲ ਮਤਲਬ ਇਹ ਜੀ ਕਿ ਇਹ ਕਾਰ ਵੀ ਤੁਹਾਡੀ ਹੈ ਤੇ ਟਰੈਕਟਰ ਤਾਂ ਤੁਹਾਡਾ ਹੈ ਹੀ ਉਹ ਕੀ ਹੋ ਗਿਆ ਚਾਚੀ ਲੈ ਵੀ ਅਸੀਂ ਸੀ ਲੱਡੂ ਖਵਾਉਣ ਦਾ ਵੇਲਾ ਆਇਆ ਤੇ ਚਾਚੀ ਦਵਾਈ ਖਾਣ ਵਾਲੀ ਹੋ ਗਈ ਤਾਂ ਹੀ ਜੱਟਾਂ ਦੀ ਲਾਟਰੀ ਨਹੀਂ ਨਿਕਲਦੀ ਕਦੇ ਮੈਂ ਟਰੈਕਟਰ ਤੇ ਗੜਾ ਲਾ ਕੇ ਹੋ ਰਿਹਾ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇ ਓਏ ਤੂੰ ਬਾਪੂ ਲੰਮੀ ਪਾ ਕਰਕੇ ਕਿਹੜਾ ਦੇ ਦੇ ਓਏ ਲੋਕ ਤਾਂ ਚਿੱਟੇ ਦੁੱਧ ਦਾ ਵਪਾਰ ਬੇਈਮਾਨੀ ਨਾਲ ਕਰਦੇ ਨੇ ਮੈਂ ਚਿੱਟੇ ਦਾ ਵਪਾਰ ਕਿਵੇਂ ਇਮਾਨਦਾਰੀ ਨਾਲ ਕਰ ਲਵਾਂ ਨਾਲੇ ਆਪਾਂ ਕਿਹੜਾ ਕਿਸੇ ਦੇ ਧੀ ਪੁੱਤ ਨੂੰ ਧੱਕੇ ਨਾਲ ਨਸ਼ੇ ਤੇ ਲਾਈਦਾ ਹੈ ਹੁਣ ਜੇ ਕੋਈ ਚਿੱਟਾ ਖਾਊ ਮਰਵੀ ਕਿਹੜਾ ਅਮਰ ਹੋ ਜੂ ਅੱਛਾ ਗੱਲ ਸੁਣ ਪਿੰਕੂ ਅੱਧੇ ਘੰਟੇ 'ਚ ਤੇਰੇ ਕੋਲ ਡਿਲੀਵਰੀ ਲੈ ਕੇ ਪਹੁੰਚ ਰਿਹਾ ਉਹਦਾ ਕੰਮ ਸਿਰਫ ਤੇਰੇ ਤੱਕ ਪਹੁੰਚਾਉਣਾ ਹੈ ਅੱਗੇ ਜ਼ਿੰਮੇਵਾਰੀ ਤੇਰੀ ਹੈ ਅਸਮਾਨ ਸਾਹਿਬ ਓਏ ਬਿੱਕੂ ਬੇਟਾ 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 ਬੇਟਾ
ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਓ ਤੈਨੂੰ, ਪਿੰਡ ਚ ਹੋਰ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨ ਬੰਦੀ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਰੇ ਤੋਂ। ਜਿੱਦਣ ਤੂੰ ਮਰੇਗਾ ਨਾ ਸੀਐਮ ਆਊਗਾ, ਸੀਐਮ। ਉਹਦੀ ਮਰਜ਼ੀ ਅੱਗੇ ਆਪਾਂ ਕੁਛ ਨਹੀਂ ਕਰ ਸਕਦੇ। ਮੈਂ ਮਾਰਤਾ ਦਲੇਰ ਭਾਈ, ਉਹ ਦਲੇਰ ਭਾਈ ਮੈਂ ਮਾਰਿਆ ਆਪਦੇ ਪੁੱਤਰ, ਲੋਕਾਂ ਨੂੰ ਨਸ਼ਾ ਵੇਚਦਾ, ਉਹੀ ਨਸ਼ਾ ਮੇਰੇ ਪੁੱਤਰ ਨੂੰ ਖਾ ਗਿਆ। ਉਹ ਦਲੇਰ ਭਾਈ ਨਸ਼ਾ ਮੇਰੇ ਪੁੱਤ ਨੂੰ ਖਾ ਗਿਆ, ਮੈਂ ਮਾਰਿਆ ਆਪਦੇ ਪੁੱਤ ਨੂੰ। ਨਾ ਜੀ ਨਾ, ਗੁਰਮੁਖ ਨਾ ਜੀ ਨਾ। ਹਾਂਜੀ ਹਾਂ ਮੈਂ ਤੇਰਾ ਗੁਨਾਹਗਾਰ, ਮੈਂ ਤੁਹਾਡਾ ਦੋਹਾਂ ਦਾ ਕਤਲ ਕੀਤਾ, ਤੇਰਾ ਵੀ ਤੇ ਆਪਣੀ ਬੱਚੀ ਦਾ ਵੀ। ਮੈਂ ਇਕੱਲੇ ਨੇ ਨਹੀਂ ਰਹਿਣਾ ਬਾਣੀ, ਹੁਣ ਮੈਂ ਵੀ ਤੁਹਾਡੇ ਦੋਵਾਂ ਕੋਲ ਆਉਣਾ ਚਾਹੁੰਦਾ। ਵਾਹ ਜੀ ਪਿਆਰਿਓ, ਪਰਮਾਤਮਾ ਦੇ ਦਿੱਤੇ ਹੋਏ ਜ਼ਿੰਦਗੀ ਰੂਪੀ ਤੋਹਫੇ ਨੂੰ ਬਿਨਾਂ ਵਰਤੇ ਹੀ ਖਤਮ ਕਰਨ ਲੱਗੇ ਹੋ। ਮੈਂ ਗੁਰਮੁਖ, ਮੈਂ ਕਿਤੇ ਨਹੀਂ ਗਈ, ਮੈਂ ਤੁਹਾਡੇ ਅੰਦਰ ਜਿਉਂਦੀ ਹਾਂ। ਇਉਂ ਮਰ ਕੇ ਮੈਨੂੰ ਨਾ ਮਾਰੋ, ਜੋ ਹੋਇਆ ਉਹ ਵਾਹਿਗੁਰੂ ਜੀ ਦੀ ਮਰਜ਼ੀ ਸੀ। ਹੁਕਮੇ ਅੰਦਰ ਸਭ ਕੋ
ਬਾਹਰ ਹੁਕਮ ਨਾ ਕੋਈ। ਗੁਰਮੁਖ, ਜੀਣਾ ਸਿੱਖੋ ਤੇ ਜਿਉਣਾ ਸਿਖਾਓ। ਆਪਣੀ ਚੁੱਪ ਨੂੰ ਤੋੜੋ, ਮੇਰੇ ਪਰਛਾਵੇਂ ਨੂੰ ਨਾ ਫੜੋ, ਸਗੋਂ ਪਾਣੀ ਦੀ ਆਤਮਾ ਨੂੰ ਪਛਾਣੋ, ਰੂਹਾਨੀ ਬਾਣੀ ਤੇ ਲੜ ਲੱਗੋ। ਲੱਗੋਗੇ ਨਾ? ਬਚਾ ਲਿਆ ਬਾਬੇ ਨਾਨਕ ਦੀ ਬਾਣੀ ਨੇ। ਫਕੀਰਾ ਤੇਰੀ ਤੇਰੀਆਂ ਤੂੰ ਜਾਣੇ ਵੇ, ਕਿਸੇ ਕਿਸੇ ਤੋਂ ਕੱਚ ਚੁਗਾਉਣਾ, ਕਿਸੇ ਤੋਂ ਮੋਤੀ ਦਾਣੇ ਵੇ। ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਜਾਣੇ, ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਜਾਣੇ। ਕੀੜੀ ਦੇ ਘਰੇ ਭਗਵਾਨ, ਤੈਨੂੰ ਚੰਗਾ ਨਹੀਂ ਲੱਗਣਾ ਨਾ? ਨਾ, ਮੈਂ ਬਹੁਤ ਚਿਰ ਬਾਅਦ ਆਇਆ, ਮੈਂ ਰੋ ਪੈਣਾ, ਤੈਨੂੰ ਚੰਗਾ ਨਹੀਂ ਲੱਗਣਾ। ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਜਾਣੇ।
ਅੱਗਾ ਲਾਉਂਦੇ ਨੇ। ਬਿਨਾਂ ਦੰਦਾਂ ਵਾਲੀ ਛੱਲੀਆਂ ਚ ਭੱਲਾ ਤੇ ਵਾਹਿਗੁਰੂ ਨੇ ਇੱਥੇ ਰੱਖ। ਹਾਂਜੀ, 14 ਫਰਵਰੀ ਨੂੰ ਆਖਿਆਪਾਲ ਸਿੰਘ ਬਰਾਤ ਲੈ ਕੇ ਜਾ ਰਿਹਾ, ਤੁਹਾਨੂੰ ਅੱਜ ਤੋਂ ਹੀ ਚੁੱਲ੍ਹੇ ਨੇ ਆਉਂਦਾ। ਓ ਬੱਲੇ, ਓ ਸ਼ੇਰਾ ਬੱਲੇ, ਕੈਸੇ ਬੁਣਦੇ ਡੱਡ ਰੱਬਾ, ਦੁਨੀਆ ਦੇ ਤੂੰ ਤਾਣੇ ਵੇ, ਵਾਵਾ ਰਬਸ ਫਕੀਰਾ ਤੇਰੀ ਤੇਰੀਆਂ ਤੂੰ ਜਾਣੇ, ਵਾਵਾ ਰਬਸ ਫਕੀਰਾ ਤੇਰੀ ਤੇਰੀਆਂ ਤੂੰ ਜਾਣੇ। ਜਲੇਬੀਆਂ ਦੀ ਕੀ ਗੱਲ ਕਰਦੇ ਆ, ਤੁਸੀਂ ਇਹਨੂੰ ਛੱਡ ਕੇ ਵੇਖੋ, ਹੁਣ ਇਹ ਕੜਾਏ ਚ ਮੂੰਹ ਪਾ ਲੇਗਾ। ਸਹੀ ਗੱਲ ਹੈ, ਪਾ ਕੜਾਏ ਚ ਮੂੰਹ, ਮੈਂ ਖਿੱਚੂ ਤੇਰੀ ਫੋਟੋ। ਫੋਟੋ ਖਿੱਚ ਲਿਓ, ਫਿਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ। ਅੱਛਾ ਇਹ ਦੱਸੋ ਫਿਰ ਸਟੇਟਸ ਕੀ ਪਾਉਂਗੇ? ਓਏ ਲੈ, ਇਹ ਤਾਂ ਅੱਜ ਫਿਰ ਮਾਸਟਰ ਜੀ ਡਿਸਾਈਡ ਕਰਨਗੇ ਵੀ ਹਾਂ। ਦੱਸੋ, ਦੇਖੋ ਜੀ, ਜੇ ਤਾਂ ਇਹ ਕੜਾਏ ਦੇ ਵਿੱਚ ਮੂੰਹ ਪਾ ਕੇ ਜਲੇਬੀਆਂ ਖਾਓਗੇ, ਹਾਂਜੀ, ਫਿਰ ਤਾਂ ਸਟੇਟਸ ਇੱਕੋ ਹੀ ਬਣਦਾ, ਕੁੱਤੇ ਖਾਣ ਜਲੇਬੀਆਂ। ਨਹੀਂ ਲਾਉਣੀ, ਨਹੀਂ ਲਾਉਣੀ, ਨੱਚਣ ਵਾਲੇ ਪੁੱਛ ਲੈਣੇ, ਮਤਲਬ ਵੀ ਨੱਚ ਤਾਂ ਸਕਦੀ, ਪੁੱਛ ਲੈ ਪਿਆਰ ਨਾ, ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨੀ ਦੇਖਿਆ ਜਾਂਦਾ, ਬੰਦੇ ਬਣ ਕੇ ਵਿਆਹ ਦੇਖੋ। ਇਹ ਮੈਂ ਵੈਸੇ ਹੀ ਵੇਖਿਆ ਲਾਟਰੀ ਸਭ ਤੁਹਾਡੇ ਵੱਲ, ਭਾਈ ਵਿਆਹ ਤੇ ਨਹੀਂ ਨੱਚਣਾ ਫੇਰ ਕਦੋਂ ਨੱਚੋਗੇ? ਪਤਾ ਤੁਹਾਨੂੰ, ਲਾਊਡ ਮਿਊਜ਼ਿਕ ਡਿਸਪਲਨ ਤੰਗ ਕਰਦਾ ਹੈ। ਬੇਵਕੂਫ ਕਿਸੇ ਥਾਂ ਦੇ ਕਿਹੋ ਜਿਹੇ ਗਾਣੇ ਵਜਾ ਰਹੇ ਹੈ, ਐਡਾ ਸ਼ੁਭ ਮੌਕਾ ਹੈ, ਉਹ ਗਾਣਾ ਵਜਾ। ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ। ਹਾਂਜੀ 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 ਕੀ ਹਾਂਜੀ ਹਾਂਜੀ ਤੂੰ ਐ ਦੱਸ ਕੀ ਦਊਂਗਾ? ਆਪਣਾ 125,000 ਰੁਪਏ ਜੀ। ਹੈ 125,000? ਲੋ ਲੋ ਦੇਖ ਹੋ ਗਿਆ ਵੇ, ਮਾਰਨੀ ਐ ਭਰਜਾਈ ਮਜ਼ਾਕ ਕਰਕੇ। ਮੈਂ ਕੀ ਕਹਾਂ, ਆ ਤੂੰ ਕਿਹਾ ਨਹੀਂ 125,000 ਦਊਂਗਾ? ਮੈਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਦਾ ਸੀ। ਓਹ ਵੱਡਿਆ ਗਵੰਤਰੀ ਆ, ਪਹਿਲਾਂ ਆਪਦਾ ਵਿਆਹ ਤਾਂ ਕਰਾ ਲੈ। ਤੂੰ ਕਿੱਥੇ ਕੁੰਡਲੀ ਮਾਰੀ ਬੈਠਾ? ਇਹ ਤੇਰੀ ਪੁਟਾਰੀ ਨੀ, ਹਾਂ ਮੇਰਾ ਪੁੱਤ ਹੈ,
ਉਹ ਬੰਦਿਆਂ ਵਾਂਗੂ ਬੈਠ। ਉਹ ਕੋਈ ਨੀ ਬਾਈ, ਮੈਂ ਕੱਢਦਾ ਇਹਦਾ ਜ਼ਹਿਰ। ਓਏ ਬੇਅਦਬ ਸਨੇਕ, ਬੰਦਾ ਬਣ। ਓ ਯਾਰ, ਉਹ ਜਦੋਂ ਰੀਬਣ ਜਾ ਕੱਟਦੇ ਆ ਸਾਲੀਆਂ ਨੂੰ ਕਿੰਨੇ ਪੈਸੇ ਦੇਣੇ ਆ? ਉਹ ਤਾਂ ਤੇਰੇ ਬਾਪੂ ਨੇ ਤਾਂ ਤੇਰੀਆਂ ਮਾਸੀਆਂ ਨੂੰ 100 ਰੁਪਿਆ ਦਿੱਤਾ ਸੀ। ਓਏ ਬਾਪੂ, ਪੰਜਵੀਂ ਫੇਲ ਹੈ, ਮੈਂ ਅੱਧੀ ਬੀਏ ਕਰੀ ਬੈਠਾ, ਨਾਲੇ ਮੈਂ ਮੌਜੂਦਾ ਕਲਾਕਾਰ ਹਾਂ। ਤੂੰ ਮੇਰੇ ਪੁੱਤ 151 ਰੁਪਿਆ ਦੇ ਦੀ ਹੈ। ਓਏ ਰੀਬਣ ਕਟਾਈ ਦੇਣੀ ਹੈ ਬੇਬੇ, ਕੋਈ ਟੂਲ ਪਲਾਈ ਦੀ ਪਰਚੀ ਥੋੜੀ ਕਟਾਉਣੀ ਹੈ? ਜੋ ਦਿਲ ਕਰਦਾ ਬੈਠ ਬੈਠ। ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ? ਆ ਸੂਬੇਦਾਰ ਸਾਹਿਬ, ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ, ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ। ਕੀ ਬਾਤ ਹੈ ਜੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ। ਹੇ ਦੋਤੀ ਹੈ ਮੇਰੀ ਜੋਤੀ। ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। ਹਾਂ, ਆਪਣੇ ਬਾਗ ਦਾ ਫੁੱਲ ਹੈ, ਪਰ ਇਹਦੀ ਮਾਲਣ ਮੇਰੀ ਧੀ ਕੈਂਸਰ ਦੇ ਰੋਗ ਨੇ ਖਾ ਲਈ। ਇਹਦੇ ਦਾਦਕੇ ਛੋਟੀ ਜੀ ਸੀ ਬੇਚਾਰੀ ਜਦੋਂ ਮੇਰੇ ਕੋਲ ਛੱਡ ਗਏ। ਹੁਣ ਨਾਨਕਿਆਂ ਨੇ ਤਾਂ ਆਪਣੀਆਂ ਧੀਆਂ ਦੇ ਫਰਜ਼ ਨਿਭਾਉਣੇ ਹੀ ਨੇ। ਛੜੇ ਛੁੜੇ ਵਾਲੀ ਗੱਲ ਗਈ ਵੀਰੇ, ਲਾਟਰੀ ਨੂੰ ਸਾਕ ਕਰਾਉਣ ਲੱਗਿਆ ਮੈਂ ਆਪਦੀ ਸਲੀ ਦਾ, 51,000 ਰੁਪਇਆ ਲੱਗੂ। ਪਰ ਮੈਂ ਤਾਂ ਦਰਵਾਈਆਂ ਯਾਰ। ਉਹ ਵੀਰੇ, ਬਾਈ ਨੂੰ ਸਿਰਫ ਮੁਫਤ ਚਾਹ ਪਿਆਈ ਜਾ ਸਕਦੀ ਹੈ, ਸਾਡੂ ਦੀ ਫੀਸ ਨਹੀਂ ਮਾਫ ਕੀਤੀ ਜਾ ਸਕਦੀ। ਉਹ ਮੈਂ ਹੋਵਾਂਗਾ ਨਾ ਉਹ ਸੋਹੀ ਸਾਹਿਬ, ਉਹ ਸ਼ਹੀਦ ਨੇ ਬਰਾਤ ਨੂੰ ਤੁਰ ਲੋ ਕਿਤੇ ਜਾਂਦਿਆਂ ਨੂੰ ਪਤਾ ਉੜਨਾ ਖਤਮ ਹੋ ਜਾਣਾ। ਓਏ ਤੁਸੀਂ ਇੱਥੇ ਕਿਹੜੇ ਜਾਬਾਂ ਦਾ ਪਿੜ ਗਿਰੀ ਜਾਓਗੇ? ਉਹ ਤੁਹਾਡੇ ਵੀਰੇ ਦਾ ਵਿਆਹ ਹੈ, ਗੋਡੇ ਦੁਖਦੇ ਤੁਹਾਡੇ ਲੱਗ ਨੇ ਚੁੱਪ। ਉਹ ਲਓ ਫਿਰ, ਜਿਹੜੀ ਕਹਿੰਦਾ ਲੋਕਾਂ ਤੋਂ ਡਰਦੀ ਹੁੰਦੀ ਆ ਤੂੰ ਨਾ ਕਚਮੀਲੇ ਵਾਲੀ ਚਮਕੀਲਾ ਹੁੰਦਾ।
ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ, ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ। ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ। ਮਾਸਟਰ ਜੀ ਏਦਾਂ ਨੀ, ਇਹ ਆ ਲਓ ਆ ਭਰੋ ਮੁੱਠਾ। ਨਹੀਂ 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 ਸੋਹੀ ਸਾਹਿਬ, ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ। ਨਾ 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 ਨਾ, ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ। ਚਲੋ ਜੋ ਹੁਕਮ ਜੀ। ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ। ਮਾਸੀ, ਮਾਸੀ ਜੀ, ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਨੂੰ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ। ਹਾਰ ਗਿਆ ਸੀ ਮੈਂ ਤਾਂ, ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਹੁਣ ਖੁਸ਼ ਹੈ ਮੇਰੀ ਭੈਣ? ਹਾਂਜੀ ਵੀਰ। ਵਾਹ ਓਏ ਦਾਤਿਆ, ਅਸੀਂ ਤੁਹਾਨੂੰ ਲੈਣ ਆਏ ਸੀ, ਦਾਤੇ ਨੇ ਜਵਾਈ ਵੀ ਮੋੜਤਾ। ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਪੈਰੀ ਪੈਨਾ ਜੀ, ਭੁੱਲ ਹੀ ਗਿਆ ਗੁਰਮੁਖਾ, ਕਦ ਆਏਗਾ? ਭੁੱਲਿਆ ਕਿੱਥੇ ਜਾਂਦਾ ਬੀਜੀ, ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ। ਮਾਫ ਕਰ ਦੇ ਪੁੱਤ ਮਾਂ ਨੂੰ, ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ ਇੰਨੇ ਨਾਰਾਜ਼ ਕੇ ਪੁੱਤ। ਬੀਬੀ ਜੀ, ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ, ਜੁਆਇਨ ਕਰਕੇ ਫਿਰ ਦੇਖਦਾ। ਮਾਰਦਾ ਚੁੱਕ, ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ, ਇਹ ਸਾਰੇ ਸਾਡੇ ਕੋਲ ਹੀ ਨੇ, ਮੈਂ ਲੈ ਕੇ ਆਈ ਹਾਂ। ਅੱਛਾ ਜੀ, ਠੀਕ ਹੈ ਵੀ ਜੀ, ਚਲੋ ਲਾਓ ਪਰੌਂਠੇ ਫਿਰ, ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ। ਕਰਨੀ ਹੈ ਅਰਦਾਸ ਪਿਆਰਿਓ, ਕਿਸਮਤ ਆਪਣੀ ਆਪ ਸ਼ਿੰਗਾਰਿਓ, ਸੁੱਖ ਮੰਗੀਏ ਨਗਰ ਖੇੜੇ ਦੀ, ਦੁਖੀ ਨੂੰ ਦਈਏ ਸੁੱਖ, ਪਾਣੀ ਬਚਾਈਏ ਵਾਂਗ ਪੱਤ ਦੇ, ਪੁੱਤਾਂ ਵਾਂਗੂ ਰੁੱਖ। ਬਾਬੇ ਨਾਨਕ ਦੀ ਬਾਣੀ ਦੇ, ਦਿਲ ਤੋਂ ਅਰਥ ਹੰਡਾਈਏ, ਧੀ ਨੂੰ ਮੰਦਾ ਬੋਲੀਏ ਨਾ, ਕਿਰਤ ਕਰ ਵੰਡ ਖਾਈਏ। ਤੁਹਾਡਾ ਪਿਆਰਾ
ਗੁਰਮੁਖ ਸਿੰਘ। ਲੈ ਬਈ ਅਸੀਂ ਹੁਣ ਆਪਾਂ ਸਾਰੇ ਜਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ, ਠੀਕ ਹੈ? ਫੇਸਬੁੱਕ ਤੇ ਪਾਵਾਂਗੇ। ਠੀਕ ਹੈ ਠੀਕ ਹੈ, ਫੇਸਬੁੱਕ ਤੇ ਤਾਂ ਪਾਵਾਂਗੇ, ਸਟੇਟਸ ਕੀ ਲਿਖੇਗਾ? ਲਿਖੂੰਗਾ ਨਹੀਂ, ਲਿਖਾਂਗੇ ਮਿਸ ਯੂ ਮਾਸਟਰ ਜੀ। ਆਜੋ 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 ਇਹ ਮਹਿਜ ਤਸਵੀਰਾਂ ਨਹੀਂ ਹਨ, ਇਹ ਪੰਜਾਬ ਦੇ ਵਾਸੀ ਨੇ। ਕਦੀ ਇਹ ਘੇਰੇ ਸਨ 47 ਘੇਰੇ, ਕਦੀ 84 ਨੇ। ਅੱਜ ਇਹ ਘੇਰੇ ਖੁਦਕੁਸ਼ੀਆਂ ਨੇ, ਘੇਰੇ ਅੱਜ ਸਿਆਸਤ ਨੇ। ਜੁਗਨੀ ਮਾਇਆ ਗਾਵਣ ਵਾਲੇ ਘੇਰੇ ਅੱਜ ਉਦਾਸੀ ਨੇ। ਸੁੰਨੀਆਂ ਰਾਹਾਂ ਹਿੱਕ ਵਿੱਚ ਤਾਂ ਹਾਂ, ਕੋਈ ਨਜ਼ਰ ਕਲੈਣੀ ਰੋਕੋਗੇ, ਤਰਸ ਨਾ ਜਾਇਓ ਧੀ ਪੁੱਤਾਂ ਨੂੰ, ਉਹ ਪੰਜਾਬ ਦੇ ਲੋਕੋ ਵੀ। ਅਰਦਾਸ